ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਅੱਜ ਵੀ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਤਲਵੰਡੀ ਸਾਬੋ 'ਚ ਹੋਈਆਂ ਸਿਆਸੀ ਕਾਨਫਰੰਸਾਂ ਦੀ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਾਂ ਇਹਨਾਂ ਕਾਨਫਰੰਸਾਂ ਤੋਂ ਕੀ ਅੰਦਾਜ਼ਾ ਲਾ ਸਕਦੇ ਹਾਂ, ਇਹ ਮਸਲਾ ਆਪਾਂ ਅੱਜ ਵਿਚਾਰਾਂਗੇ। ਪਰ ਉਸ ਤੋਂ ਪਹਿਲਾਂ ਰੋਜ਼ ਵਾਂਗੂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ, ਯਾਨੀ ਬ੍ਰਿਟਿਸ਼ ਕੋਲੰਬੀਆ ਕੈਲੀਫੋਰਨੀਆ ਇਲਾਕਿਆਂ 'ਚ ਸ਼ਾਮ 5:30 ਅਤੇ ਈਸਟਰਨ ਟਾਈਮ ਮੁਤਾਬਿਕ, ਯਾਨੀ ਟੋਰੋਂਟੋ, ਨਿਊਯਾਰਕ, ਨਿਊਜਰਸੀ ਦੇ ਇਲਾਕਿਆਂ 'ਚ ਸ਼ਾਮੀ 8:00 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੀ। ਸਿਰਫ ਦੇਖ ਹੀ ਨਹੀਂ ਸਕਦੇ, ਇਹਦੇ 'ਚ ਤੁਸੀਂ ਹਿੱਸਾ ਵੀ ਲੈ ਸਕਦੇ ਜੀ, ਸਵਾਲ ਵੀ ਪੁੱਛ ਸਕਦੇ ਜੀ, ਆਪਣੇ ਸੁਝਾਅ ਵੀ ਦੇ ਸਕਦੇ ਜੀ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਸਵੇਰੇ 6 ਤੋਂ 7 ਲਾਈਵ ਹੁੰਦਾ ਹੈ। ਸੋ ਤੁਸੀਂ ਇਸ ਟਾਈਮ 'ਤੇ ਦੁਨੀਆ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਗਲੋਬਲ ਪੰਜਾਬ ਟੀਵੀ ਦੀ ਵੈਬਸਾਈਟ 'ਤੇ ਜਾ ਕੇ ਇਸ ਸ਼ੋਅ ਨੂੰ ਲਾਈਵ ਦੇਖ ਸਕਦੇ ਜੇ। ਤੁਸੀਂ ਇਨਫੈਕਟ ਡਿਫਰੈਂਟ ਹਿੱਸਿਆਂ ਤੋਂ ਉਹਦੇ 'ਚ ਸਵਾਲ ਹੀ ਪੁੱਛ ਸਕਦੇ ਜੇ ਤੁਸੀਂ ਇਹਨੂੰ ਲਾਈਵ ਦੇਖ ਰਹੇ ਜੇ। ਹੁਣ ਆਉਂਦੇ ਹਾਂ ਆਪਾਂ ਅੱਜ ਦੇ ਮਸਲੇ 'ਤੇ। ਅੱਜ ਆਪਾਂ ਮੁੱਖ ਤੌਰ 'ਤੇ ਵਿਸਾਖੀ ਦੇ ਮੌਕੇ ਉੱਤੇ ਪੰਜਾਬ 'ਚ ਹੋਈਆਂ ਸਿਆਸੀ ਕਾਨਫਰੰਸਾਂ ਦੀ ਗੱਲ ਕਰਨੀ ਹੈ। ਪਰ ਉਸ ਤੋਂ ਪਹਿਲਾਂ ਮੈਂ ਆਪਣੀ ਨਵੀਂ ਪੀੜ੍ਹੀ ਦੀ ਜਾਣਕਾਰੀ ਵਾਸਤੇ 2 ਇਸ ਪਵਿੱਤਰ ਤਿਉਹਾਰ ਬਾਰੇ ਜ਼ਰੂਰ ਕਹਿਣਾ ਚਾਹੁੰਦਾ। ਮੈਨੂੰ ਪਤਾ ਵਾ, ਬਾਕੀ ਸਭ ਨੂੰ ਤਾਂ ਕੋਈ ਪਤਾ ਨਹੀਂ, ਸਭ ਨੂੰ ਪਤਾ ਵਾ, ਪਰ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਵਾਸਤੇ ਮੈਂ ਦੱਸਣਾ ਚਾਹੁੰਦਾ ਕਿ ਵਿਸਾਖੀ ਦੇ ਨਾਲ ਨਾਲ ਕਣਕ ਦੀ ਕਟਾਈ ਵੀ ਸ਼ੁਰੂ ਹੋ ਜਾਂਦੀ ਹੈ। ਇਸ ਮੌਕੇ ਪੰਜਾਬੀ ਦੇ ਨਵੇਂ ਸਾਲ ਦੀ ਸ਼ੁਰੂਆਤ ਵੀ ਸਮਝੀ ਜਾਂਦੀ ਹੈ। ਪਰ ਪੰਜਾਬੀਆਂ ਅਤੇ ਸਿੱਖਾਂ ਵਾਸਤੇ ਇਹਦੀ ਜਿਹੜੀ ਖਾਸ ਮਹੱਤਤਾ ਵਾ, ਇੰਪੋਰਟੈਂਸ ਆ, ਉਹ ਵੱਖਰੀ ਆ। ਇਸ ਦਿਨ 1699 'ਚ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇਹੀ ਵਜ੍ਹਾ ਹੈ ਕਿ ਇਸ ਪਵਿੱਤਰ ਦਿਹਾੜੇ ਦੀ ਗੂੰਜ ਹਰ ਉਸ ਦੁਨੀਆ ਦੇ ਕੋਨੇ 'ਚ ਸੁਣੀ ਜਾ ਸਕਦੀ ਹੈ ਜਿੱਥੇ ਸਿੱਖ ਭਾਈਚਾਰਾ ਵੱਸਦਾ ਹੈ। ਇਹਨਾਂ ਕਾਰਨਾਂ ਕਰਕੇ ਹੀ ਵਿਸਾਖੀ ਬਾਰੇ ਸਾਡੇ ਗੀਤਕਾਰਾਂ ਨੇ ਬਹੁਤ ਕੁਝ ਲਿਖਿਆ। ਇੱਕ ਗੀਤਕਾਰ ਨੇ, ਮੈਨੂੰ ਯਾਦ ਆ, ਬਹੁਤ ਸਹੀ ਲਿਖਿਆ ਹੈ, ਵਿਸਾਖੀ ਤੇਰੇ ਬੁੱਕਲ ਦੇ ਵਿੱਚ ਛਪੀਆਂ ਹੋਈਆਂ ਕਈ ਗੱਲਾਂ ਨੇ, ਛੁਪੀਆਂ ਹੋਈਆਂ ਕਈ ਗੱਲਾਂ ਨੇ। ਵਿਸਾਖੀ ਤੇਰੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕਈ ਗੱਲਾਂ ਨੇ, ਕਿਤੇ ਗੱਭਰੂ ਪਾਉਂਦੇ ਭੰਗੜੇ ਨੇ ਅਤੇ ਕਿਤੇ ਕੁਰਬਾਨੀ ਦੀਆਂ ਛੱਲਾਂ ਨੇ। ਬਹੁਤ ਖੂਬ। ਖੈਰ, ਮੁੱਖ ਤੌਰ 'ਤੇ ਆਪਾਂ ਸਿਆਸੀ ਕਾਨਫਰੰਸਾਂ ਦੀ ਗੱਲ ਕਰਨੀ ਹੈ। ਅਕਾਲੀ ਦਲ ਤੋਂ ਇਲਾਵਾ ਕਾਂਗਰਸ ਅਤੇ ਆਪ ਨੇ ਵੀ ਇਸ ਮੌਕੇ 'ਤੇ ਸਿਆਸੀ ਕਾਨਫਰੰਸਾਂ ਕੀਤੀਆਂ, ਉੱਥੇ ਆਪਣੀਆਂ ਸਟੇਜਾਂ ਲਾਈਆਂ। ਇਹ ਤੋਂ ਇਲਾਵਾ ਕੁਝ ਪੰਥਕ ਤਰਾਨੇ ਵੀ ਤਲਵੰਡੀ ਸਾਬੋ 'ਚ ਉੱਥੇ ਸਟੇਜ ਲਾਈ। ਸਾਰੀਆਂ ਹੀ ਪਾਰਟੀਆਂ ਜਿਹੜੀਆਂ ਉਹ ਦਾਅਵਾ ਕਰ ਰਹੀਆਂ ਵਾ ਕਿ ਉਹਨਾਂ ਨੂੰ ਕਾਨਫਰੰਸ 'ਚ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਪਰ ਮੈਂ ਇਸ ਸ਼ੋਅ ਤੋਂ ਆਉਣ ਤੋਂ ਪਹਿਲਾਂ ਮੈਂ ਸਵੇਰੇ ਕੁਝ ਅਖਬਾਰਾਂ ਦੀ ਜਿਹੜੇ ਉਹਨਾਂ ਦੇ ਈ ਐਡੀਸ਼ਨਸ ਹੈ ਜਿਹੜੇ ਵੈਬਸਾਈਟ 'ਤੇ ਜਾ ਕੇ ਨਿਗਾਹ ਮਾਰ ਰਿਹਾ ਸੀ ਵੀ ਉੱਥੇ ਹਾਲਾਤ ਕੀ ਸਨ। ਕੁਝ ਲੋਕਾਂ ਨਾਲ ਮੈਂ ਗੱਲਬਾਤ ਵੀ ਕੀਤੀ। ਇੰਝ ਲੱਗ ਰਿਹਾ ਵਾ ਵੀ ਜਿਹੜੀਆਂ 2 ਕਾਨਫਰੰਸਾਂ ਸਨ, ਸਭ ਤੋਂ ਇੰਪ੍ਰੈਸਿਵ ਕਾਨਫਰੰਸਾਂ ਸੀ। ਕਾਂਗਰਸ ਦੀ ਕਾਨਫਰੰਸ ਦੇ ਵਿੱਚ ਚੰਗਾ ਇਕੱਠ ਸੀ, ਆਮ ਆਦਮੀ ਪਾਰਟੀ ਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਨੋਰਮਲੀ ਲੋਕਾਂ ਨੂੰ ਢੋਂਦੀ ਨਹੀਂ ਗੀ ਬੱਸਾਂ ਦੇ ਵਿੱਚ ਜਿਵੇਂ ਬਾਕੀ ਪਾਰਟੀਆਂ ਢੋਂਦੀਆਂ, ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਸੀ। ਅਕਾਲੀ ਕਾਨਫਰੰਸ ਚੰਗੀ ਗੈਦਰਿੰਗ ਸੀ, ਪਰ ਉਹਦੇ 'ਚ ਕੁਝ ਪੈਚਸ ਜਿਹੜੇ ਆ ਨਾ, ਉਹ ਸਟੇਜ ਦੇ ਖਾਲੀ ਹਿੱਸੇ ਵੀ, ਸਟੇਜ ਦੇ ਨਹੀਂ, ਲੋਕਾਂ ਦੇ ਪੰਡਾਲ ਦੇ ਕੁਝ ਖਾਲੀ ਹਿੱਸੇ ਵੀ ਦਿਸਦੇ ਆ। ਇਨਫੈਕਟ ਅੱਜ ਸਵੇਰ ਦੀ ਤੁਸੀਂ ਟ੍ਰਿਬਿਊਨ ਦੀ ਜੇ ਈਮੇਲ ਐਡੀਸ਼ਨ 'ਤੇ ਚਲ ਜਾਓ ਅਤੇ ਉੱਥੇ ਵੀ ਉਹਨਾਂ ਨੇ ਲਿਖਿਆ ਵੀ ਕੁਝ ਹਿੱਸੇ ਉਹਨਾਂ ਦੇ ਖਾਲੀ ਨਜ਼ਰ ਆਉਂਦੇ ਸੀ। ਮੈਂ ਐਗਜੈਕਟਲੀ ਇਹਦੇ ਬਾਰੇ ਟਿੱਪਣੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਮੈਂ ਉੱਥੇ ਨਹੀਂ ਸੀ ਕਿ ਕਿਹੜੀ ਕਾਨਫਰੰਸ ਸਭ ਤੋਂ ਜ਼ਿਆਦਾ ਇਕੱਠ ਸੀ। ਇਕੱਠ ਸਾਰਿਆਂ 'ਚ ਚੰਗਾ ਸੀ, ਪਰ ਮੇਰਾ ਖਿਆਲ ਆ ਸਭ ਤੋਂ ਚੰਗਾ ਇਕੱਠ ਜਿਹੜਾ ਵਾ ਇਹ ਇਹਨਾਂ 2 ਕਾਨਫਰੰਸਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਕਾਂਗਰਸ ਅਤੇ ਆਮ ਆਦਮੀ ਪਾਰਟੀ। ਇਨਫੈਕਟ ਸਿਆਸੀ ਕਾਨਫਰੰਸਾਂ ਵਿੱਚ ਕੋਈ ਨਵੀਂ ਗੱਲ ਤਾਂ ਨਿਕਲ ਕੇ ਨਹੀਂ ਆਈ, ਨੋਰਮਲੀ ਜੋ ਗੱਲਾਂ ਆਮ ਤੌਰ 'ਤੇ ਹੁੰਦੀਆਂ ਵਾ, ਪਰ ਸਾਰੀਆਂ ਪਾਰਟੀਆਂ ਨੇ ਇੱਕ ਦੂਜੇ 'ਤੇ ਖੂਬ ਦੋਸ਼ ਮੜੇ। ਕਾਂਗਰਸ ਦੀ ਕਾਨਫਰੰਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਇਹਨਾਂ ਵਰਗੇ ਜਿਹੜੇ ਲੀਡਰ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣਗੇ, ਜੇਲ੍ਹ ਭੇਜਣਗੇ। ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਉੱਪਰ ਉਹਨਾਂ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਰੋਕਣ ਵਾਸਤੇ ਇੱਕ ਨਵਾਂ ਕਾਨੂੰਨ ਲਿਆਊਗੀ ਜੇ ਸਰਕਾਰ ਬਣ ਗਈ। ਇਸ ਤਹਿਤ ਕਰਜ਼ੇ ਹੇਠ ਡੁੱਬੇ ਕਿਸਾਨਾਂ ਦੀ ਜ਼ਮੀਨ ਜ਼ਬਤ ਨਹੀਂ ਕੀਤੀ ਜਾਊਗੀ। ਕਾਨੂੰਨ ਦੇ ਵਿੱਚ ਸਪੈਸਿਫਿਕ ਹੋਊਗਾ ਵੀ ਜਿਹੜਾ ਮਰਜ਼ੀ ਕਰਜ਼ਾ ਹੋਵੇ ਲੇਕਿਨ ਕਿਸਾਨ ਦੀ ਜ਼ਮੀਨ ਨਹੀਂ ਲਈ ਜਾਊਗੀ।
ਦਰਿਆਈ ਪਾਣੀਆਂ ਦੇ ਮਸਲੇ 'ਤੇ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਪਾਣੀਆਂ ਦਾ ਸਹੀ ਜਾਇਜ਼ਾ ਲੈ ਕੇ ਕੋਈ ਫੈਸਲਾ ਦੇਣ। ਇਸ ਵੇਲੇ ਮਸਲਾ ਤੁਹਾਨੂੰ ਪਤਾ ਹੀ ਆ ਕਿ ਪਾਣੀਆਂ ਦਾ ਮਸਲਾ ਇਸ ਵੇਲੇ SYL ਦਾ ਮਸਲਾ ਸੁਪਰੀਮ ਕੋਰਟ 'ਚ ਹੈ। ਇਸ ਮਸਲੇ 'ਤੇ ਉਹਨਾਂ ਇਹ ਵੀ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੋਗਲੀ ਨੀਤੀ ਅਪਣਾ ਰਹੇ ਨੇ, ਇਹ ਉਹਨਾਂ ਦਾ ਦੋਸ਼ ਸੀ। ਆਪਣੇ ਭਾਸ਼ਣ 'ਚ ਦੂਜੀ ਕਾਨਫਰੰਸ ਦੇ ਵਿੱਚ ਜਿਹੜੀ ਸਟੇਜ ਲੱਗੀ ਸੀ, ਸੁਖਬੀਰ ਸਿੰਘ ਬਾਦਲ ਨੇ, ਉੱਥੇ ਪ੍ਰਕਾਸ਼ ਸਿੰਘ ਬਾਦਲ ਵੀ ਬੋਲੇ, ਹੋਰ ਵੀ ਲੀਡਰ ਬੋਲੇ, ਹਰਸਿਮਰਤ ਕੌਰ ਬਾਦਲ ਵੀ ਬੋਲੇ। ਹਰਸਿਮਰਤ ਕੌਰ ਬਾਦਲ ਐਕਚੁਅਲੀ ਉਹਨਾਂ ਨੇ ਕੋਈ ਸਿਆਸੀ ਗੱਲਾਂ ਨਹੀਂ ਕੀਤੀਆਂ, ਲੇਕਿਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ 1,20,000 ਨਵੀਆਂ ਨੌਕਰੀਆਂ ਦੇਣ ਦਾ ਜਿਹੜਾ ਆਪਣਾ ਵਾਅਦਾ ਵਾ ਉਹ ਦੁਹਰਾਇਆ। ਉਹਨਾਂ ਕਿਹਾ ਕਿ ਇਹਦੇ 'ਚ ਪੁਲਿਸ ਦੇ ਕਰੀਬ 10,000 ਸਿਪਾਹੀ ਵੀ ਭਰਤੀ ਕੀਤੇ ਜਾਣਗੇ। ਇਹ ਸਾਰੀ ਜਿਹੜੀ ਭਰਤੀ ਦੀ ਪ੍ਰਕਿਰਿਆ ਵਾ ਉਹ ਛੇਤੀ ਸ਼ੁਰੂ ਹੋ ਜਾਊਗੀ। ਉਹਨਾਂ ਕਿਹਾ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ, ਖਾਸ ਕਰਕੇ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੀ ਸਖਤ ਨਿਖੇਧੀ ਕੀਤੀ। ਇਸ ਦੌਰਾਨ ਕੁਝ ਲਾਈਨਮੈਨ ਜਿਹੜੇ ਮੁਜ਼ਾਹਰਾ ਕਰ ਰਹੇ ਸਨ, ਉਹਨਾਂ ਉੱਤੇ ਪੁਲਿਸ ਨੇ ਕਾਰਵਾਈ ਕਰਕੇ ਉਹਨਾਂ ਨੂੰ ਉੱਥੋਂ ਹਟਾਇਆ। ਆ ਤੁਸੀਂ ਫੋਟੋਆਂ ਵੇਖ ਸਕਦੇ ਜੇ ਕਿਵੇਂ ਉਹਨਾਂ ਨੂੰ ਹਟਾਇਆ ਗਿਆ। ਇਹ ਬਹੁਤ ਮੰਦਭਾਗੀ ਗੱਲ ਹੈ ਮੇਰੇ ਹਿਸਾਬ ਨਾਲ, ਕਿਸੇ ਵੀ ਪੁਲਿਸ ਦੀ ਵਰਤੋਂ ਇਹੋ ਜਿਹੀ ਸਿਆਸੀ ਕਾਨਫਰੰਸ ਦੇ ਵਿੱਚ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਲਾਈਨਮੈਨ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਪੁਲਿਸ ਵੱਲੋਂ ਉਹਨਾਂ ਨਾਲ ਇੱਕ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ। ਤੁਸੀਂ ਫੋਟੋਗ੍ਰਾਫਸ ਦੇਖ ਸਕਦੇ ਜੇ, ਇਹ ਮੈਨੂੰ ਉੱਥੋਂ ਦੇ ਕੁਝ ਜਿਹੜੇ ਫੋਟੋ ਜਿਹੜੀ ਕੁਝ ਅਖਬਾਰਾਂ 'ਚ ਵੀ ਛਪੀ ਆ, ਕਿਵੇਂ ਲਾਈਨਮੈਨ ਦੇ ਮੂੰਹ ਜਿਹੜੇ ਬੰਦ ਕੀਤੇ ਗਏ। ਬਹੁਤ ਅਫਸੋਸ ਦੀ ਗੱਲ ਆ, ਇਹੋ ਜਿਹੀ ਗੱਲ ਜਿਹੜੀ ਆ ਨੋਰਮਲੀ ਮੇਰੇ ਹਿਸਾਬ ਨਾਲ ਪੁਲਿਸ ਦੀ ਵਰਤੋਂ ਇਹੋ ਜਿਹੇ ਧਾਰਮਿਕ ਸਮਾਗਮਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ। ਮੇਰੀ ਆਪਣੀ ਫੀਲਿੰਗ ਆ, ਮੈਂ ਇਹਦੇ ਬਾਰੇ ਆਪਣੇ ਫੇਸਬੁੱਕ 'ਤੇ ਲਿਖਿਆ ਵੀ ਆ ਕਿ ਜੇ ਕੋਈ ਪ੍ਰੋਟੈਸਟ ਕਰ ਰਿਹਾ ਤਾਂ ਮੇਰੇ ਖਿਆਲ ਉਹਨੂੰ ਕਹੋ ਜੀ ਆ ਕੇ ਸਟੇਜ 'ਤੇ ਬੋਲੋ, ਤੁਹਾਡੀ ਕੀ ਡਿਮਾਂਡਸ ਆ। ਉਹਨਾਂ ਨੂੰ ਆਪਣੀ ਪਾਰਟ ਕਾਨਫਰੰਸ ਦਾ ਹਿੱਸਾ ਬਣਾ ਲੈਣਾ ਚਾਹੀਦਾ ਵਾ, ਰਾਦਰ ਦੈਨ ਉਹਨਾਂ ਨੂੰ ਕੁੱਟ ਕੁੱਟ ਕੇ ਉੱਥੋਂ ਬਾਹਰ ਕੱਢਣ ਵਾਸਤੇ। ਉੱਧਰ ਆਮ ਆਦਮੀ ਪਾਰਟੀ ਦੀ ਕਾਨਫਰੰਸ 'ਚ ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਸੰਜੇ ਸਿੰਘ ਅਤੇ ਭਗਵੰਤ ਮਾਨ ਨੇ ਹਿੱਸਾ ਲਿਆ। ਭਗਵੰਤ ਮਾਨ ਦੀ ਜਿਹੜੀ ਸਪੀਚ ਸੀਗੀ ਸਭ ਤੋਂ ਜ਼ਿਆਦਾ ਪਾਪੂਲਰ ਸੀ। ਉਹਨਾਂ ਨੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਲਈ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ, ਮਜ਼ਾਕ ਵੀ ਉਹਨਾਂ ਬਹੁਤ ਕੀਤੇ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਆਪਸ 'ਚ ਰਲੇ ਹੋਏ ਆ, ਫਰੈਂਡਲੀ ਗੇਮ ਇਹ ਦੋਵੇਂ ਖੇਡ ਰਹੇ ਆ। ਇਨਫੈਕਟ ਸੰਜੇ ਸਿੰਘ ਨੇ ਲੋਕਾਂ ਵੱਲੋਂ ਪਰਵੇਂ ਹੁੰਗਾਰੇ ਨੂੰ ਵੇਖਦਿਆਂ ਇਹ ਵੀ ਕਿਹਾ ਕਿ ਉਹ ਜਾ ਕੇ ਅਰਵਿੰਦ ਕੇਜਰੀਵਾਲ ਨੂੰ ਕਹਿਣਗੇ ਕਿ ਉਹਨੂੰ ਦੱਸਣਗੇ ਕਿ ਕਿਵੇਂ ਪੰਜਾਬ 'ਚ ਦਿੱਲੀ ਨਾਲੋਂ ਵੀ ਜ਼ਿਆਦਾ ਰਿਸਪੌਂਸ ਪਾਰਟੀ ਨੂੰ ਮਿਲ ਰਿਹਾ ਵਾ। ਇਨਫੈਕਟ ਕਿਉਂਕਿ ਇਹ ਪਿਆਊ ਦਾ ਮਸਲਾ, ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦਾ ਮਸਲਾ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਆ। ਇਹਦੇ ਬਾਰੇ ਜਿਹੜੇ MLA ਜਰਨੈਲ ਸਿੰਘ ਨੇ ਉਹਨਾਂ ਬਾਰੇ ਸਾਰਾ ਉਹਨਾਂ ਦੱਸਿਆ ਵੀ ਕਿਵੇਂ ਆਮ ਆਦਮੀ ਪਾਰਟੀ ਦੀ ਗਲਤੀ ਨਹੀਂ। ਤੁਹਾਨੂੰ ਪਤਾ ਹੀ ਆ ਕਿ ਅਕਾਲੀ ਦਲ ਔਰ ਕੁਝ ਹੋਰ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਇਸ ਪਿਆਊ ਦਾ ਜਿਹੜਾ ਵਾਕਿਆ ਸੀ ਇਹਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਸਨ। ਉਹਨਾਂ ਕਿਹਾ ਕਿ ਇਹ ਆਰੋਪ ਜਿਹੜੇ ਆ ਬੇਬੁਨਿਆਦ ਆ। ਸੋ ਇੱਕ ਦੂਜੇ ਇੱਕ ਤਰੀਕੇ ਨਾਲ ਇੱਕ ਦੂਜੇ ਦੇ ਉੱਤੇ ਦੋਸ਼ ਮੜੇ ਗਏ ਇਸ ਕਾਨਫਰੰਸ ਦੇ ਵਿੱਚ। ਇਸ ਤੋਂ ਇਲਾਵਾ ਪੰਥਕ ਧਿਰਾਂ ਨੇ ਇਹ ਫੈਸਲਾ ਕੀਤਾ, ਉਹਨਾਂ ਦੀ ਆਪਣੀ ਜਿਹੜੀ ਸਟੇਜ ਲੱਗੀ ਸੀ, ਵੀ ਆਉਣ ਵਾਲੇ ਨਵੰਬਰ 'ਚ ਸਰਬੱਤ ਖਾਲਸਾ ਦੁਬਾਰਾ ਬੁਲਾਇਆ ਜਾਊਗਾ। ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਵੀ ਨਵੰਬਰ ਵਿੱਚ ਹੀ ਸਰਬੱਤ ਖਾਲਸਾ ਸਮਾਗਮ ਅੰਮ੍ਰਿਤਸਰ ਦੇ ਨੇੜੇ ਬੁਲਾਇਆ ਗਿਆ ਸੀਗਾ। ਸੋ ਇਹਨਾਂ ਸਿਆਸੀ ਕਾਨਫਰੰਸਾਂ ਤੋਂ ਆਪਾਂ ਕੀ ਅੰਦਾਜ਼ਾ ਲਾ ਸਕਦੇ ਹਾਂ? ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਇਹਨਾਂ ਕਾਨਫਰੰਸਾਂ ਬਾਰੇ TV 'ਤੇ ਅਖਬਾਰਾਂ ਦੇ ਔਨਲਾਈਨ ਐਡੀਸ਼ਨਸ ਦੇ ਵਿੱਚ ਇਹਨਾਂ ਦਾ ਵੇਰਵਾ ਦੇਖਿਆ ਹੋਊਗਾ, ਇਹਨਾਂ ਬਾਰੇ ਪੜ੍ਹਿਆ ਹੋਊਗਾ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਿ ਇਹਨਾਂ ਕਾਨਫਰੰਸਾਂ ਤੋਂ ਆਉਣ ਵਾਲੀਆਂ ਚੋਣਾਂ ਬਾਰੇ ਕੀ ਅੰਦਾਜ਼ਾ ਲੱਗ ਸਕਦਾ ਹੈ? ਦੇਖਦੇ ਹਾਂ ਸਾਡੇ ਸੱਜਣ ਜਿਹੜੇ ਸਾਡੇ ਨਾਲ ਜੁੜੇ ਆ ਉਹ ਆਪਣੀ ਕੀ ਟਿੱਪਣੀ ਕਰਨੀ ਚਾਹੁੰਦੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਸੰਦੂ ਸਾਹਿਬ, ਮੈਂ ਬਲਦੇਵ ਸਿੰਘ ਸ਼ੀਨਾ ਬੋਲ ਰਿਹਾ ਜੀ ਆਪਣੇ ਸ਼ਾਟਲ ਤੋਂ। ਹਾਂਜੀ ਸ਼ੀਨਾ ਸਾਹਿਬ, ਸਵਾਗਤ ਹੈ ਜੀ। ਹਾਂਜੀ ਹਾਂਜੀ, ਬੇਨਤੀ ਇਦਾਂ ਜੀ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੀਆਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ, ਕਿਉਂਕਿ ਆਪਾਂ ਵੀ ਕਾਫੀ ਸਮਾਂ ਪੰਜਾਬ ਦੇ ਵਿੱਚ ਗੁਜ਼ਾਰਿਆ ਔਰ ਆਪਾਂ ਇਹਨਾਂ ਸਿਆਸੀ ਕਾਨਫਰੰਸਾਂ ਵਿੱਚ ਹਿੱਸਾ ਵੀ ਲੈਂਦੇ ਰਹੇ ਹਾਂ ਜੀ, ਤੇ ਇਸ ਕਰਕੇ ਮੈਂ ਤਾਂ ਇਹ ਗੱਲ ਕਹਿ ਸਕਾਂਗਾ ਵੀ ਜਿਹੜੀ ਆਪਾਂ ਕਾਨਫਰੰਸਾਂ ਤੋਂ ਸਹੀ ਪੋਜੀਸ਼ਨ ਦਾ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ, ਕਿਉਂਕਿ ਸਾਰੀਆਂ ਪਾਰਟੀਆਂ ਹੀ ਜਿਹੜੀਆਂ ਨੇ ਉਹ ਇਕੱਠੇ ਕਰਨ ਵਾਸਤੇ ਹਰ ਤਰੀਕਾ ਵਰਤਦੀਆਂ ਨੇ, ਬੱਸਾਂ 'ਤੇ, ਟਰੱਕਾਂ 'ਤੇ ਪੈਸੇ ਦੇ ਕੇ, ਸ਼ਰਾਬਾਂ ਪਿਆ ਕੇ ਬੰਦਿਆਂ ਨੂੰ ਇਕੱਠਿਆ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਇਹ ਸਭ ਤੁਹਾਨੂੰ ਵੀ ਪਤਾ, ਸਾਰਾ ਮੀਡੀਆ ਵੀ ਜਾਣਦਾ ਹੈ ਔਰ ਆਮ ਲੋਕ ਵੀ ਇਹ ਗੱਲ ਨੂੰ ਜਾਣਦੇ ਆ ਜੀ। ਔਰ ਅਸਲ ਕਾਨਫਰੰਸ ਦੇ ਵਿੱਚ ਜਿਹੜੀ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਉਹੀ ਹੈ ਜਿਹੜੇ ਆਪਣੀ ਮਰਜ਼ੀ ਦੇ ਨਾਲ ਕਿਸੇ ਪਾਰਟੀ ਦੀ ਵਿਚਾਰਧਾਰਾ ਕਰਕੇ ਜਾਂ ਉਹਦੇ ਨਾਲ ਉਹਦੀ ਹਮਦਰਦੀ ਕਰਕੇ ਜਾਂ ਉਹਦੀ ਪਾਰਟੀ ਦੇ ਵਿੱਚ ਵਰਕਰ ਹੋਣ ਕਰਕੇ ਜਿਹੜੇ ਜਾਂਦੇ ਨੇ। ਅਸਲ ਗਿਣਤੀ ਉਹ ਹੈ ਜਿਹੜੀ ਗਿਣਤੀ ਆਪਾਂ ਇਕੱਠੀ ਕਰਦੇ ਹਾਂ, ਮਤਲਬ ਆਪਣੇ
सरकार अपनी पावर दे नाल जां जिहड़ियां दूसरियां पार्टियां ने जिन्हां कोल पैसा है वो अपने साधनां दे नाल इकट्ठे करदे आ, इस गल तो आपां सही जिहड़ा अंदाजा वा वो नहीं ला सकते कि किस पार्टी के मगर किन्नियां वोटां ने किन्ने लोग ने जी। इस करके मैं तो जी गल बाकी आप उत्थे सियासी मैं सामने फोटो देख रहा है, अगर पहलों खबर सुनिया जस पंजाबी दियां उहदे विच मैं कट देख रहा सी, और इन कट्ठा तो आप कोई सही अंदाजा नहीं ला सकते क्योंकि दूसरी जी चीज़ है कि हर पार्टी दूसरी पार्टी उत्ते बल चिक्कड़ सुट दी है, जिस तरह आप पहला भी गल कर रहे थे कि आप अपने वाले देखते आप दूसरे के गलों के अपना इल्जाम ला के तो अपनी दूसरे को बदनाम करके अपनी सही पोजिशन जी मतलब दसनी चाहते हैं, जिस तरह आप गल करते हैं जी चांदी चौक के गुरु अपने तेग बहादुर साहब महाराज गुरुद्वारे के जो प्याओ ढाउण की गल आते उ सुखबीर साहब जो बाकी पार्टी के लोग सारे ही जोर ला रहे भी आप केजरीवाल जी पार्टी आनू बदनाम किया जा सके, पर क्योंकि मैं समझना कि मीडिया में भी इस बारे जी सही पोजिशन है वो सामने क्लीयर करनी चाहिए है कि आया आपकी पार्टी जुम्मेर आर आया उ भाजपा की जेड़े इन्हों का दिल्ली कौंसल के उत्ते जो कजबा कब्जा है जो जिम्मेवार ने, यह मीडिया में जी गल है ये बिल्कुल क्लीयर करनी चाहिए है क्योंकि असं आम लोग हाँ असी तो उत्थे जा नहीं सकते ना सानू असी तो जो खबर पढ़निया ने जो असी टैलीविजन से वेखना है वो हिसाब न असी सही पोजिशन का पता असी नहीं ला सकते, मीडिया ने सानू सही गल जी सामने लोगों दसनी होंगी है, इस करके फिर मैं बेनती करता है कि तुम एक मीडिया के नाल ही एक मतलब ता बहुत वाडा पुराना लिंक आ ते तुसीं काफ़ी पुराने जर्नलिस्ट हो, इस करके सही पोजिशन जी तुसीं लिया के किसी दिन जरूर किसी प्रोग्राम दे विच जरूर सानूं दसो कि असल पोजिशन की है, असल उहदा जिम्मेवार कौन आ, ते इस करके मैं आखिर में सिर्फ इतना कहना चाहांगा कि आपां इन्हां सियासी कॉन्फ्रेंसां तों नहीं सही अंदाजा ला सकते, असल अंदाजा जिहड़ा है वो लोगों के जिहड़े जदों वोटां पैणगियां जो पोजीशन लग गया आएगी असल असल जी उदों ही मतलब पोजीशन क्लीयर आएगी। बिल्कुल बिल्कुल सही किया जी, बिल्कुल सही किया है, सियासी कॉन्फ्रेंसों तो आने वाली चोणों बारे कोई बहुत अंदाजा नहीं लग सकता, और कई मसलों के उत्ते मीडिया का रोल जिहड़ा वा मीडिया की भूमिका जिहड़ी है वह बहुत अहम हुंदी है और वह मीडिया नूं निभाउणी चाहीदी है। देखते हैं साढ़े अगले कॉलर की कहना चाहते हैं। हैलो हैलो हाँ जी सत श्री अकाल जी, मैं कमलजीत सिंह बोल रहा हूं फिलाडेल्फिया तो। हाँ जी कमलजीत सिंह जी स्वागत है जी, दसो ताड़े की विचार ने इस मसले बारे। सर मैं एक्चुअली मेरा एक क्वेश्चन सीगा एक्चुअली मैं SYL दे मुद्दे दे उते काफी कंटीन्यूअसली सारियां पार्टियां दे अपने अपने विचार सुन रहा सी जी, ते एक चीज असी ये भी सुनन दे विच आई है कि जो अरविंद केजरीवाल साहब जो पंजाब सीगे SYL दे विच उन्होंने पंजाब दी वल दी गल कीती फिर दिल्ली जाके उन्होंने नहीं कीती, चलो सारियां पार्टियां अपना अपना बयान एक पोलिटिकल तरीके नाल दे रहे ने, बट एक चीज होर कल बाहर आई है कि सुप्रीम कोर्ट दे विच इन्हां ने रिटन दे विच कुछ PIL पाई है अरविंद होरिया ने पार्टी ने कि उहदे विच स्टैंड हरियाणा नूं जाना चाहिए। आई डोंट नो कि एक्चुअल न्यूज़ की है, कि तुसीं इस बारे थोड़ा जिहा जानकारी दे सकते हो। हाँ बिल्कुल भाई साहब कमल जी, इनफैक्ट अज असीं गल ते कर रहे हैं सियासी कॉन्फ्रेंसां दी, पर क्योंकि तुसीं SYL दे मसले ते एक सवाल उठाया वा मैं जरूर इहदे नूं ब्रीफली संखेप दे विच दस्सना चाहुंगा। कोई इंपोर्टेंट इसलिए बन जांदा है क्योंकि बिल्कुल बिल्कुल ये सारियां जिन्नियां भी सियासी कॉन्फ्रेंसेस हो रही हैं ना इहदे विच सारे लोगों नूं दस्या जा रहा है तुसीं किस नूं वोट पाओ। बिल्कुल ठीक है, तो लोगों नूं स्टैंड क्लियर होना चाहिए। मैं पानीयां दे मसले ते किसे दे डिटेल दे विच गल भी करूंगा, इहदे ते पोजीशन इह आ कि क्योंकि इह जिहड़ा मसला काफ़ी पुराना वा और इस मसले दे विच बेसिक भूमिका जिहड़ी आ उह ते कांग्रेस दी और कुछ हद तक अकाली दल दी बणदी है, क्योंकि इह लगातार 1976 दा मसला जिहड़ा वा इह सुलग रहा वा और चल रहा वा। इस केस दे विच जदों इह मसला दोबारा उठ के आया और पिछली वारी पंजाब विधानसभा दा सैशन हो रहा सी जिथे पंजाब अकाली दल और भाजपा ने सैशन दे दौरान यह फैसला किया भी SYL दी जमीन जिहड़ी आ उह वापस किसानां नूं दे देनी चाहीदी है। जदों इह फैसला किया गया उह बिल पास होया, लेकिन उह बिल जिहड़ा वा उहदी उहनूं गवर्नर तों असेंट नहीं मिली। उस वेले सारियां पार्टियां ने अपना पोजिशन क्लीयर की, उस वेले अरविंद केजरीवाल ने कहा जी भी पंजाब कोल फालतू पानी नहीं है और पंजाब का जिहड़ा पंजाब पानी SYL जिहड़ी नहर नहीं बननी चाहिए और पंजाब बिल्कुल किसी होर राज नूं अपना पानी होर नहीं दे सकता क्योंकि पानी अगे ही इत्थे घट है। सो उन्हें पोजिशन अपनी बड़ी क्लीयर करती। दिल्ली जाके जदों उत्थे गलबात हो रही थी तो उन्हें एग्जैक्टली ये तो पिछे नहीं हटे, उन्होंने यही कहा जी भी ये पानिया के मसले जोड़े है ना ये इकट्ठे बैठ के सुलझाने चाहिए, एक जनरल स्टेटमेंट दी।
इस स्टेटमेंट में यह समझा जा रहा वा भी शायद उन्होंने एक पलटवार किया भी अपना स्टैंड इतने होर से उत्थे होर से कोई यहोजी गल नहीं। हुण भी आम आदमी पार्टी के लीडर लगातार यो ही कह रहे हैं कि पंजाब को पानी नहीं है और पंजाब पानी नहीं दे सकता। सुप्रीम कोर्ट के जिहड़े वक्रे वक्रे धिर सन उन्होंने अपना अपना पक्ष रखिया। ये सही है गल कि उत्थे जिहड़ा आम आदमी पार्टी का जिहड़ा जल वायु इनफैक्ट वाटर बोर्ड है जिहड़ा उहदा वकील जिहड़ा सीगा उन्हें उत्थे रिटन एफीडेविट दिता कि पानी जिहड़ा वा उत्थे जिहड़ा रिटन एफीडेविट सी उन्हें हरियाणा की साइड लई। सडनली आम आदमी पार्टी नूं लगा कि यह की गल होगी और उन्होंने कहा जी भी ये बंदा जिहड़ा वा ये ऑथराइज नहीं सी कहण नूं और यह बंदा उदों तों लगातार जलवायु बोर्ड का कौंसल चले आ रहा वकील चले आ रहा जो उत्थे कांग्रेस सरकार सी असीं इहनूं अपॉइंट नहीं किया और जो इन्हें स्टैंड उत्थे लिया वा सानूं बिना पुछे लिया वा क्योंकि उहदे कोल पुराना उहदे कोल वकालतनामा सी उहने उहदे आधार दे उत्ते इह स्टैंड दे दित्ता। सो आम आदमी पार्टी ने उस वकील नूं बदल दित्ता वा और वह नवा अपना एफीडेविट जिहड़ा वा इहदे उत्ते या दे रहे या देता उन्होंने। सो इस वेले पोजिशन ये आ लेकिन आम आदमी पार्टी लगातार यही गल इनफैक्ट कल दे सियासी कॉन्फ्रेंस दे विच उन्होंने कहा कि पंजाब कोल पानी नहीं है और पंजाब पानी किसी हाल दे विच भी SYL दे थ्रू होर हरियाणे नूं नहीं देगा। ये इस वेले पोजिशन आ लेकिन आ कुछ स्टेटमेंट्स जिहड़ियां वा कॉन्ट्रडिक्शन जरूर आईयां वा और शायद इहदे करके ही यह भंबल भूसा जिहा बरसिया। कमल जी जी जे तुसीं जुड़े जे हाली नाल ते कुछ होर भी कहना चाहुंदे जे? नहीं जी कवर जी थैंक यू जी इट वाज नाइस टॉकिंग टू यू एंड यू आंसर्ड इट वेरी वेल थैंक यू सो मच। थैंक यू भाई सर। हाँ जी देखते हैं साढ़े अगले सज्जन की विचार रखना चाहते हैं। मैं एक बार फिर सारे सज्जनों को कहना चाहना वा दर्शकों को कहना चाहना भी अज असी मसला जिहड़ा जिहड़ा विचार रहे हैं वो है तलवंडी साहब च हुई पोलीटिकल सियासी कॉन्फ्रेंसा का। सो मैं गुजारिश करूँगा कि आप कोशिश करिए मैं कोई सवाल का जवाब ही देने तैयार है मैं कोई प्रॉब्लम नहीं गई लेकिन आप कोशिश करिए कि आप इस ही मसले पर अपनी विचार वटांदरा जिहड़ा वा वो अज करिए। पानिया के मसले तो मैं दोबारा किसी दिन कल या परसों जो होर कोई खास इंपॉर्टेंट डिवेलपमेंट ना हुई तो आप एक डिटेल सारा इस शो के डिटेल ये आप विचार वटांदरा कर सकते हैं। हैलो हैलो संधु साहब सत श्रीकाल जी। हाँ जी हाँ जी प्रगट जी सत श्रीकाल। महाराज जो विसाखी गुरु महाराज मनाने वास्ते उन्होंने स्थापना दिवस ही उधर तो किसी पार्टी का भी कोई रुझान नहीं है सिर्फ शराबा पिया के कई पार्टियां उ यूट्यूब से फेसबुक से वेखण कई ने शराबा वंड के फिर बंदे कट्ठे करके लिया इतों कोई रुझान नहीं गा चंगा नजर आता। पंजाब की स्थिति च यहाँ कोई फायदा नहीं होया जी जिन्ना मर्जी इन्ह पार्टियां ने जोर ला लिया right. चंगा होंदा ये सारे कट्ठे हो गए गुरु महाराज के फलासफर फलासफी से अपने अपने विचार दसते भी जो उन्हें किया पूरने से चलोंगे तो जे गुरु गुरु जी के पूरने चलन उन्होंने क्या ही मानस की जात साहब एक पहचान बो तो इन्हें जिन्या भद्दी लैंग्वेज बोली है कोई पार्टी भी शलाघा योग काम नहीं किया। रह गई गल केजरीवाल साहब की वो अज मैं पढ़िया ही जी उन्हें सत मंत्री बना दे तो भी उन्हें बना ले जड़े अपने चीफ सैकटरी पार्लीमेंटरी सैकटरी तो वह तो आप कोर्ट च घेरे गए जदों कहिंदे ओ कुछ आ ते करदे कुछ आ वो सारा वाधू बोझ खर्चा पाया दिल्ली की सरकार दे सफेद हाथी आने आना ही पता नहीं क्यों नहीं आया जे आते तो ज्यादा चंगा होंदा उन्हें जिहड़ा खालसा जी जरनैल सिंह आण के स्पष्टीकरण देन दे वो जपानी गुलामी देन दे कागज ना भी लाते तो ज्यादा चंगा होना ही। धन्यवाद जी तुहाडा मेहरबानी मेहरबानी। प्रगट जी जो मेरी जानकारी आ अरविंद केजरीवाल ने कभी नहीं सी कहा कि इस कॉन्फ्रेंस के आने इनफैक्ट ये आम अंदाजे लाए जा रहे थे क्योंकि वो पिछली माघी कॉन्फ्रेंस आए थे भी शायद इतने ही आने। जरनैल सिंह का मेरे ख्याल आना इस करके इंपॉर्टेंट सी क्योंकि जरनैल सिंह ने दिल्ली के इस मसले के उत्ते अगे भी स्पष्टीकरण दिता और अकाली दल लगातार कही कहता आ रहा वा भी 4 MLA आ आम आदमी पार्टी के जो सिख MLA आ भी वो क्यों नहीं ये बोलते। सो इस करके जरनैल सिंह जोड़े आ उन्होंने आप इतने आके इस मसले पर सीसगंज गुरुद्वारे के प्याऊ के मसले उत्ते अपना स्पष्टीकरण दिता। बहुत बहुत धन्यवाद प्रगट जी। मैं मानता वा तुहाडे नाल सहमत हाँ कि इहोजे मसले के उत्ते जिहड़ा गुरु साहब के जिहड़े नक्शे कदम आ जिहड़ी उन्होंने सानू सेध दित्ती आ आपां नूं उहदे ते चलना चाहीदा वा और उहदे ते कमिटमेंट अपनी वचनबद्धता जिहड़ी इहोजी कॉन्फ्रेंस के उहनूं दुबारा दुबारा रीएटरेट करन दी लोड़ आ। देखते हैं साढ़े अगले कॉलर की विचार रखना चाहुंदे। हैलो हैलो हाँ जी भाई साहब ਸਤਿ ਸ਼੍ਰੀ ਅਕਾਲ ਜੀ। ਉਪਲ ਬੋਲ ਰਿਹਾ ਨਿਊਯਾਰਕ ਤੋਂ, ਕੀ ਹਾਲ ਚਾਲ ਜੀ? ਹਾਂਜੀ ਹਾਂਜੀ ਉਪਲ ਜੀ ਮਿਹਰਬਾਨੀ ਬਹੁਤ ਮਿਹਰਬਾਨੀ। ਹਾਂਜੀ ਉਪਲ ਜੀ
ਸੰਧੂ ਸਾਹਿਬ ਮੈਂ ਦੋ ਤਿੰਨ ਗੱਲਾਂ ਇਹ ਕਾਨਫਰੰਸ ਬਾਰੇ। ਪਹਿਲਾਂ ਤਾਂ ਜਿਹੜਾ ਇਕੱਠ ਸੀਗਾ ਤੁਸੀਂ ਉਹਦੀ ਗੱਲ ਕਰਨ ਡੇ ਸੀਗੇ। ਇਕੱਠ ਵਜੋਂ ਜੋ ਰਿਪੋਰਟ ਮੈਨੂੰ ਪੁਲਿਸ ਡਿਪਾਰਟਮੈਂਟ ਤੋਂ ਮਿਲੀ ਹੈ ਜੀ, ਉਹ ਇਹ ਹੈ ਕਿ ਕਾਂਗਰਸ ਦਾ ਇਕੱਠ ਸਭ ਤੋਂ ਵੱਡਾ ਸੀਗਾ ਤੇ ਆਮ ਆਦਮੀ ਪਾਰਟੀ ਦਾ ਇਕੱਠ ਸੀ ਆਲਮੋਸਟ ਓਨਾ ਹੀ ਸੀਗਾ, 19-21 ਦਾ ਫਰਕ ਸੀਗਾ। ਓਕੇ, ਤੇ ਜਿਹੜਾ ਅਕਾਲੀ ਦਲ ਬਾਦਲ ਤੇ ਪੰਥਕ ਜਿਹੜੀਆਂ ਆਪਣਾ ਸਰਬੱਤ ਖਾਲਸਾ ਆਪਣਾ ਜਿਹੜੀ ਉਹਨਾਂ ਦੀ ਕਾਨਫਰੰਸ ਸੀਗੀ, ਉਹਨਾਂ ਦਾ ਇਕੱਠ ਤਕਰੀਬਨ ਇੱਕੋ ਜਿਹਾ ਸੀਗਾ। ਓਕੇ, ਗਰਾਉਂਡ ਰਿਪੋਰਟ ਹੈ ਜੀ, ਟ੍ਰਿਬਿਊਨ ਦੀ ਰਿਪੋਰਟ ਕੁਛ ਹੋਰ ਤਾਂ ਹੋ ਸਕਦੀ ਹੈ, ਅਜੀਤ ਦੀ ਕੁਛ ਹੋਰ ਤਾਂ ਹੋ ਸਕਦੀ ਹੈ। ਦੂਸਰਾ ਜਿਹੜਾ ਮੈਨੂੰ ਸੰਧੂ ਸਾਹਿਬ ਲੱਗਿਆ, ਪਿਛਲੇ ਇੱਕ ਮਹੀਨੇ ਤੋਂ 6 ਹਫ਼ਤੇ ਤੋਂ ਥੋੜ੍ਹਾ ਜਿਹਾ ਜਿਹੜਾ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਜ਼ਰੂਰ ਗਿਆ ਹੈ ਔਰ ਕਾਂਗਰਸ ਨੂੰ ਥੋੜ੍ਹਾ ਜਿਹਾ ਪਾਰਟੀ ਰੀਜੂਵੀਨੇਟਿਡ, ਇੱਕ ਅਮਰਿੰਦਰ ਸਿੰਘ ਨੇ ਜਿਹੜੀਆਂ ਕਾਲਜਸ ਵਿੱਚ ਕਾਨਫਰੰਸ ਕਰ ਰਹੇ ਆ ਤੇ ਇੱਕ ਜਿਹੜਾ ਉਹ SYL ਦਾ ਜਿਹੜਾ ਇਸ਼ੂ ਹੈ ਨਾ, ਉੱਥੇ ਥੋੜ੍ਹੀ ਜਿਹੀ ਕਲੈਰਿਟੀ ਆਮ ਆਦਮੀ ਪਾਰਟੀ ਵੱਲੋਂ ਕਲੀਅਰਲੀ ਨਹੀਂ ਆ ਸਕੀ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਸਟੈਂਡ ਨਹੀਂ ਠੀਕ, ਪਰ ਆਪਣਾ ਮੀਡੀਆ ਦੇ ਥਰੂ ਨਹੀਂ ਆ ਸਕੀ। ਦੈਟ ਹੈਜ਼ ਟੂ ਬੀ ਲੁੱਕ ਇਨ ਟੂ, ਦੈਟ ਸਮਥਿੰਗ ਯੂ ਮਾਈਟ ਵਾਂਟ ਟੂ ਲੁੱਕ ਇਨ ਟੂ, ਬਟ ਉਹ ਥੋੜ੍ਹੀ ਜਿਹੀ ਕਲੈਰਿਟੀ ਨਾ ਆਉਣ ਕਰਕੇ ਨਾ ਜੀ ਥੋੜ੍ਹਾ ਜਿਹਾ ਨੈਗੇਟਿਵ ਰੁਝਾਨ ਹੋਇਆ ਆਮ ਆਦਮੀ ਵੱਲ। ਬਟ ਦੈਟ ਇਜ ਸਮਥਿੰਗ ਦੈਟ ਹੈਜ਼ ਟੂ ਬੀ ਕਲੈਰੀਫਾਈਡ ਐਂਡ ਆਪਣਾ ਪੀਪਲ ਹੈਵ ਟੂ ਬੀ ਇਨਫੋਰਮਡ ਅਬਾਊਟ ਦੈਟ। ਬਟ ਜੋ ਲੱਗ ਰਿਹਾ ਜੀ ਹੁਣ ਹਾਲਤ ਮੈਨੂੰ, ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਡਾਇਰੈਕਟ ਫਾਈਟ ਹੋਊਗੀ ਔਰ ਜਿਹੜੀਆਂ ਪੰਥਕ ਸਿਰਾਂ ਆਪਣਾ 3-4 ਜ਼ਿਲ੍ਹਿਆਂ ਦੇ ਵਿੱਚ ਦੇ ਵਿਲ ਆਲਸੋ ਵਿਨ ਸਮ ਸੀਟਸ, ਇਹ ਹੁਣ ਗੱਲ ਤਕਰੀਬਨ ਪੱਕੀ ਹੋਊਗੀ। ਮਿਹਰਬਾਨੀ ਉਪਲ ਜੀ, ਆਈ ਥਿੰਕ ਤੁਹਾਡੀ ਗੱਲ ਬਿਲਕੁਲ ਸਪਸ਼ਟ ਆ। ਉਪਲ ਨੇ ਕਿਹਾ ਕਿ ਬਿਲਕੁਲ ਇਸ ਜੋ ਰੁਝਾਨ ਉਹਨਾਂ ਨੂੰ ਜੋ ਖਬਰਾਂ ਉੱਥੋਂ ਮਿਲੀਆਂ ਵਾ ਉਹਨਾਂ ਦੇ ਮੁਤਾਬਕ ਆਮ ਆਦਮੀ ਪਾਰਟੀ, ਕਾਂਗਰਸ ਔਰ ਅਕਾਲੀ ਦਲ ਦੀ ਜਿਹੜੀ ਕਾਨਫਰੰਸਾਂ ਸਨ ਇਹਦੇ 'ਚੋਂ ਸਭ ਤੋਂ ਚੰਗਾ ਹੁੰਗਾਰਾ ਉਹਨਾਂ ਦੇ ਮੁਤਾਬਕ ਕਾਂਗਰਸ ਨੂੰ ਮਿਲਿਆ, ਆਮ ਆਦਮੀ ਪਾਰਟੀ ਨੂੰ ਕਰੀਬ ਕਰੀਬ ਉਹੋ ਜਿਹਾ ਹੀ ਹੁੰਗਾਰਾ ਮਿਲਿਆ। ਪਾਣੀਆਂ ਦੇ ਮਸਲੇ ਕਰਕੇ ਪਿੱਛੇ ਜੇ ਉਹਨਾਂ ਮੁਤਾਬਕ ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਵਾ ਉਹ ਥੋੜ੍ਹਾ ਜਿਹਾ ਥੱਲੇ ਗਿਆ ਵਾ ਔਰ ਇਨਫੈਕਟ ਆਮ ਆਦਮੀ ਪਾਰਟੀ ਨੂੰ ਉਹਦੇ 'ਤੇ ਕੁਛ ਸਪਸ਼ਟੀਕਰਨ ਦੇਣ ਦੀ ਲੋੜ ਆ, ਮੀਡੀਆ ਦੇ ਥਰੂ ਇਨਫੈਕਟ ਪੁਜੀਸ਼ਨ ਆਪਣੀ ਕਲੈਰੀਫਾਈ ਕਰਨ ਦੀ ਲੋੜ। ਇਹ ਉਪਲ ਸਾਹਿਬ ਦਾ ਖਿਆਲ ਆ। ਇੱਥੇ ਅਸੀਂ ਛੋਟੀ ਜਿਹੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਤਲਵੰਡੀ ਸਾਬੋ ਦੀਆਂ ਸਿਆਸੀ ਕਾਨਫਰੰਸਾਂ ਜਿਹੜੀਆਂ ਵਿਸਾਖੀ ਦੇ ਮੌਕੇ 'ਤੇ ਹੋਈਆਂ ਵਾ ਉਹਨਾਂ ਬਾਰੇ ਵਿਚਾਰ ਚਰਚਾ ਜਿਹੜੀ ਆ ਇਹ ਜਾਰੀ ਰੱਖਾਂਗੇ। ਇਹਨਾਂ ਕਾਨਫਰੰਸਾਂ ਤੋਂ ਆਪਾਂ ਕੀ ਰੁਝਾਨ ਦਾ ਅੰਦਾਜ਼ਾ ਲਾ ਸਕਦੇ ਹਾਂ ਇਹ ਮਸਲਾ ਆਪਾਂ ਵਿਚਾਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ ਅਤੇ ਅਸੀਂ ਗੱਲ ਕਰ ਰਹੇ ਹਾਂ ਵਿਸਾਖੀ ਦੇ ਮੌਕੇ 'ਤੇ ਤਲਵੰਡੀ ਸਾਬੋ 'ਚ ਹੋਈਆਂ ਸਿਆਸੀ ਕਾਨਫਰੰਸਾਂ ਦੀ, ਕਿ ਇਹਨਾਂ ਕਾਨਫਰੰਸਾਂ ਤੋਂ ਅਸੀਂ ਕੀ ਅੰਦਾਜ਼ਾ ਲਾ ਸਕਦੇ ਹਾਂ। ਕੁਝ ਕਾਲਰਸ ਜਿਹੜੇ ਆ ਉਹ ਕਾਫੀ ਦੇਰ ਤੋਂ ਸਾਡੇ ਨਾਲ ਉਹਨਾਂ ਨੇ ਹੋਲਡ ਕੀਤਾ ਵਾ, ਇਸ ਵੇਲੇ ਜੁੜੇ ਆ, ਦੇਖਦੇ ਹਾਂ ਉਹ ਆਪਣੇ ਕੀ ਵਿਚਾਰ ਜਿਹੜੇ ਆ ਬਾਕੀਆਂ ਨਾਲ ਸਾਂਝਾ ਕਰਨਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵੀਰ ਅਜਵਾਲ ਬੋਲ ਰਿਹਾ। ਹਾਂਜੀ ਸੁਖਵੀਰ ਜੀ, ਸੁਖਵੀਰ ਸਤਿ ਸ਼੍ਰੀ ਅਕਾਲ। ਕਾਨਫਰੰਸਾਂ ਦੇ ਵਿੱਚ ਜੀ ਕੈਪਟਨ ਸਾਹਿਬ ਇੱਕ ਨੰਬਰ ਲੈ ਗਿਆ ਹੈਗੇ ਆ ਜੀ, ਉਹ ਵੀ ਇੱਦਾਂ ਕਿ ਤੁਹਾਡਾ ਜਿਹੜਾ ਮੈਨੀਫੈਸਟੋ ਹੈਗਾ ਆ ਜੀ ਉਹਦੇ ਵਿੱਚੋਂ ਇੱਕ ਪੁਆਇੰਟ ਮਾਰ ਗਿਆ ਹੈਗੇ ਆ ਕਿ ਅਸੀਂ ਲਾ ਬਣਾਵਾਂਗੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਜ਼ਬਤ ਕੀਤੀਆਂ ਜਾ ਸਕਦੀਆਂ ਲੋਨ ਦੇ, ਪਰ ਹਾਲੇ ਵੀ ਤੁਹਾਡੇ ਕੋਲ ਮੌਕਾ ਆਇਆ ਕਿ ਜਿਹੜਾ ਦੂਜਾ ਪੁਆਇੰਟ ਹੈਗਾ ਤੁਹਾਡਾ ਜੀ ਤੇ ਜਿਹੜੇ ਲੋਨ ਆ ਉਹ ਵੇਵ ਕੀਤੇ ਜਾਣਗੇ। ਠੀਕ ਹੈ ਜੀ। ਤੇ ਜੇ ਕਾਰਪੋਰੇਟਸ ਦੇ ਲੋਨ ਜਿੰਨੇ ਕਰੋੜਾਂ ਦੇ ਵਿੱਚ ਕਰੋੜਾਂ ਦੇ ਵਿੱਚ ਸਾਰਿਆਂ ਮੁਲਕਾਂ ਵਿੱਚ ਵੇਵ ਹੁੰਦੇ ਹੈਗੇ ਆ, ਅਮਰੀਕਾ ਵਿੱਚ ਵੀ ਹੁੰਦੇ ਆ ਜੀ ਬੈਂਕਾਂ ਦੇ ਲੋਨ ਤੇ ਕਿਸਾਨਾਂ ਦੇ ਲੋਨ ਜਾਂ ਹੋਰ ਜਿਹੜੇ ਛੋਟੇ ਕਰਜ਼ਦਾਰ ਆ ਉਹਨਾਂ ਦੇ ਲੋਨ ਵੀ ਜਿਹੜੇ ਆ ਕਿ ਜ਼ਰੂਰ ਵੇਵ ਕੀਤੇ ਜਾਏ ਕਦੇ। ਇਸ ਕਰਕੇ ਜਿਹੜਾ ਹੈਗਾ ਕਿ ਅੱਜ ਵਿਸਾਖੀ ਦਾ ਮੌਕਾ ਹੈਗਾ ਆ ਆਪਾਂ ਜੇ ਰਿਲੀਜੀਅਸ ਜਿਵੇਂ ਰਿਲੀਜੀਅਸ ਕਾਨਫਰੰਸਾਂ ਵੀ ਇਹਨਾਂ ਨੂੰ ਕਹਿੰਦੇ ਹੈਗੇ ਆ ਉਹਨਾਂ ਜੋੜਿਆ ਜਾਏ ਤਾਂ ਆਪਣਾ ਜਿਹੜਾ ਸਿੱਖਇਜ਼ਮ ਹੈਗਾ ਆ ਇਹ ਵੀ ਇੱਕ ਰਿਲੀਜਨ ਹੈਗਾ, ਯੂਥ ਦਾ ਜਿਹੜਾ ਰਿਲੀਜਨ ਹੈਗਾ ਉਹਦੇ ਬਹੁਤ ਲੱਗ ਗਿਆ ਹੈਗਾ ਆ, ਉਹਨਾਂ ਨੂੰ ਬਹੁਤ ਸਫ਼ਰ ਕੀਤਾ ਤੇ ਜੂਸ ਰਿਲੀਜਨ ਦੇ ਵਿੱਚ ਇੱਕ ਚੀਜ਼ ਆ ਉਸ ਕਹਿੰਦੇ ਸਵੈਟੀਕਲ, ਉਹਦਾ ਆਉਂਦਾ ਕਿ 70 ਸਾਲਾਂ ਤੋਂ ਬਾਅਦ ਸਭ ਕੁਛ ਮਾਫ਼। ਰਾਈਟ, ਕਿਸਾਨਾਂ ਦੇ ਜਿਹੜੇ ਲੋਨ ਆ ਉਹ ਮਾਫ ਕਰਨਾ ਜਿਹੜਾ ਵਾ ਇਹ ਜ਼ਰੂਰੀ ਆ ਔਰ ਇਹਦੇ ਬਾਰੇ ਅਨਾਊਂਸਮੈਂਟ ਜਿਹੜੀ ਆ ਸਿਆਸੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੀ ਕਰਨੀ ਚਾਹੀਦੀ ਆ। ਇਨਫੈਕਟ ਇਸ ਮਸਲੇ ਉੱਤੇ ਸੁਪਰੀਮ ਕੋਰਟ ਨੇ ਵੀ ਮੇਰੇ ਖਿਆਲ ਇੱਕ ਅੱਧੇ ਦਿਨ ਪਹਿਲਾਂ ਟਿੱਪਣੀ ਕੀਤੀ ਆ ਵੀ ਇਹ ਕੀ ਵਜ੍ਹਾ ਵਾ ਵੀ ਜਿਹੜੇ ਤੇ ਤੁਹਾਡੇ ਬਿਜ਼ਨਸਮੈਨ ਆ ਵਪਾਰੀ ਆ
ਉਦਯੋਗਪਤੀ ਆ ਉਹਨਾਂ ਦੇ ਲੋਨ ਤੇ ਜਿਹੜੇ ਆ ਜਾਂ ਮਾਫ ਹੋ ਜਾਂਦੇ ਆ ਜਾਂ ਉਹਨਾਂ ਦੀ ਡਿਲੇਡ ਪੇਮੈਂਟ ਹੋ ਜਾਂਦੀ ਆ ਜਾਂ ਉਹਨਾਂ ਦੀਆਂ ਇੰਸਟਾਲਮੈਂਟਸ ਬੰਦ ਦਿੱਤੀਆਂ ਜਾਂਦੀਆਂ ਵਾ। ਵਿਜੇ ਮਾਲਿਆ ਦਾ ਕੇਸ ਆਪਣੇ ਸਾਹਮਣੇ ਹੀ ਆ ਵੀ ਇੰਨਾ ਇੰਨਾ ਕਰਜ਼ਾ ਇਕੱਠਾ ਹੋ ਜਾਂਦਾ ਵਾ ਅਤੇ ਕਿਸਾਨਾਂ ਦਾ ਜਦੋਂ ਥੋੜ੍ਹਾ ਜਿਹਾ ਵੀ ਇਕੱਠਾ ਹੁੰਦਾ ਵਾ ਕਰਜ਼ਾ ਜਿਹੜਾ ਵਾ ਅਤੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਦੀਆਂ ਜਾਂਦੀਆਂ ਵਾ ਔਰ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਦੀ। ਸੋ ਵਾਕਈ ਜੇ ਉਦਯੋਗਪਤੀਆਂ ਦੇ ਕਰਜ਼ੇ ਜਿਹੜੇ ਆ ਮਾਫ਼ ਹੋ ਜਾਂਦੇ ਆ ਉਹਨਾਂ ਨਾਲ ਕੋਈ ਸੈਟਲਮੈਂਟ ਹੋ ਸਕਦੀ ਆ ਅਤੇ ਕਿਸਾਨਾਂ ਨਾਲ ਵੀ ਸੈਟਲਮੈਂਟ ਇਹੋ ਜਿਹੀ ਹੋ ਸਕਦੀ ਆ ਔਰ ਇਹ ਸਹੀ ਕੀਤਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਅਨਾਊਂਸਮੈਂਟ ਕੀਤੀ ਆ ਕਿ ਜੇ ਕਾਂਗਰਸ ਸਰਕਾਰ ਬਣੀ ਤਾਂ ਉਹ ਲੋਨ ਅਤੇ ਉਹ ਜਿਹੜੇ ਕਾਨੂੰਨ ਲਿਆਉਣਗੇ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਜ਼ਬਤ ਨਹੀਂ ਕੀਤੀ ਸਕਦੀ। ਇਹਦੇ ਬਾਰੇ ਡਿਮਾਂਡ ਕਾਫੀ ਦੇਰ ਤੋਂ ਉੱਠ ਰਹੀ ਆ ਔਰ ਇਹ ਮੇਰੇ ਖਿਆਲ ਇਹ ਸਹੀ ਡਿਮਾਂਡ ਆ ਕਿ ਕਰਜ਼ਾ ਚੜ੍ਹਨ ਕਰਕੇ ਇਨਫੈਕਟ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਸਾਰੀ ਜ਼ਮੀਨ ਉਹ ਜ਼ਬਤ ਬਿਲਕੁਲ ਨਹੀਂ ਹੋਣੀ ਚਾਹੀਦੀ। ਇਨਫੈਕਟ ਜਿਹੜੀ ਜ਼ਮੀਨ ਆ ਉਹ ਕਿਸਾਨ ਦੀ ਜਿਹੜੀ ਜਾਇਦਾਦ ਆ ਬੇਸਿਕ ਪ੍ਰੋਪਰਟੀ ਉਹਦੀ ਸੰਪਤੀ ਆ। ਸੋ ਉਹਨੂੰ ਜੇ ਕੋਈ ਟਰੈਕਟਰ ਦਾ ਲੋਨ ਨਹੀਂ ਦੇ ਸਕਦਾ ਤਾਂ ਟਰੈਕਟਰ ਵਾਪਸ ਲਿਆ ਜਾ ਸਕਦਾ ਵਾ ਲੇਕਿਨ ਉਹਦੀ ਜ਼ਮੀਨ ਨਹੀਂ ਲਈ ਜਾ ਸਕਦੀ ਉਹ ਨਹੀਂ ਲੈਣੀ ਚਾਹੀਦੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਗੁਰਮੇਲ ਸਿੰਘ ਬੋਲਦਾ ਜੀ ਅੰਟਾਰੀਆ ਤੋਂ। ਹਾਂਜੀ ਗੁਰਮੇਲ ਸਿੰਘ ਜੀ ਸਵਾਗਤ ਹੈ ਜੀ। ਹਾਂਜੀ ਮੇਰੇ ਤੋਂ ਪਹਿਲਾਂ ਕਾਲਰ ਕਹਿ ਕੇ ਗਏ ਨੇ, ਮੈਂ ਵੀ ਉਹਨਾਂ ਦੇ ਨਾਲ ਰਲਦੀ ਮਿਲਦੀ ਗੱਲ ਕਰਨ ਲੱਗਿਆ ਜੀ। ਇਹਨਾਂ ਨੇ ਆਪੋ ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ, ਆਪੋ ਆਪਣੇ ਬੁਲਾਰੇ ਬੋਲੇ, ਆਪੋ ਆਪਣਾ ਇਕੱਠ ਦੱਸਿਆ, ਆਪਣੀਆਂ ਆਪਣੀਆਂ ਗੱਲਾਂ ਕੀਤੀਆਂ ਵੋਟਾਂ ਮੰਗਣ ਲਈ, ਤੇ ਸਾਡੇ ਗੁਰੂਆਂ ਦੀ ਫਿਲਾਸਫੀ ਤੋਂ ਬਹੁਤ ਦੂਰ ਰਹੇ ਜੀ। ਕਾਂਗਰਸ ਨੂੰ ਤਾਂ ਇਹ ਕਹਿੰਦੇ ਪੰਜਾਬ ਦੇ ਦੁਸ਼ਮਣ, ਆਪ ਨੂੰ ਵੀ ਕਹਿੰਦੇ ਪੰਜਾਬ ਦੇ ਦੁਸ਼ਮਣ, ਪਰ ਜਿਹੜੀ ਪੰਥਕ ਸਰਕਾਰ ਆ ਉਹਨੂੰ ਤਾਂ ਕਰਨਾ ਹੀ ਚਾਹੀਦਾ ਨਹੀਂ ਸਿਰਫ ਸਾਡੇ ਗੁਰੂਆਂ ਦੀ ਫਿਲਾਸਫੀ ਵਾਲਾ ਕੰਮ, ਸਾਡੇ ਗੁਰੂਆਂ ਦੀ ਫਿਲਾਸਫੀ ਵਾਲਾ ਭਾਸ਼ਣ, ਵੀ ਖਾਲਸਾ ਪੰਥ ਕਿਉਂ ਸਾਜਿਆ ਗਿਆ, ਕੋਈ ਉਹਨਾਂ ਨੇ ਨਹੀਂ ਗੱਲ ਕੀਤੀ ਜੀ। ਦੂਸਰੀ ਗੱਲ, ਇਹਨਾਂ ਨੂੰ ਲੋਕ ਅਕਾਲੀ ਕਹਿੰਦੇ ਨੇ, ਇਹਨਾਂ ਦਾ ਐੜਾ ਲਾ ਦਿਓ ਜੀ ਮੋਹਰਿਓਂ, ਅਕਾਲੀ ਬਣਾ ਦਿਓ ਇਹਨਾਂ ਨੂੰ। ਅਕਾਲੀ ਇਕੱਲੀ ਇੱਕ ਧਿਰ ਦਾ ਨਾਮ ਨਹੀਂ ਹੁੰਦਾ ਜੀ, ਅਕਾਲ ਹੁੰਦਾ ਅਕਾਲ ਅਕਾਲ ਪੁਰਖ ਦੀ ਫੌਜ ਜੀ, ਇਹਨਾਂ ਦੇ ਪਿੱਛੇ ਲੱਗਿਆ ਹੋਇਆ ਜੀ ਬਾਦਲ। ਇਸ ਕਰਕੇ ਅਕਾਲੀ ਕਹਿਣਾ ਇਹਨਾਂ ਨੂੰ ਬਹੁਤ ਵੱਡੀ ਬੇਵਕੂਫੀ ਆ। ਮੈਂ ਆਪਣੇ ਆਪ ਨੂੰ ਸਮਝਦਾ ਜੇ ਮੈਂ ਇਹਨਾਂ ਨੂੰ ਅਕਾਲੀ ਕਹਾਂ ਤੇ ਮੈਂ ਪਾਗਲ ਹਾਂ। ਇਹ ਅਕਾਲੀ ਨੇ ਜੀ, ਜਦੋਂ ਬੇਲਾ ਆਉਂਦਾ ਜੀ ਇਹਨਾਂ ਨੇ ਐਸ ਬਾਈ ਐਨ ਦਾ ਮੁੱਦਾ ਠਾਲ ਲਿਆ, ਆਪ ਦਿੱਲੀ ਦੇ ਵਿੱਚ ਬਲਡੋਜ਼ਰ ਚੋਂ ਆ ਕੇ ਤਾਂ ਆਪ ਆਦਮੀ ਪਾਰਟੀ ਦਾ ਨਾਂ ਲਾਉਣ ਲੱਗ ਪਏ ਜੀ। ਇਹਨਾਂ ਦੀ ਮੋਦੀ ਸਰਕਾਰ ਆ, ਸਾਰਿਆਂ ਨੂੰ ਪਤਾ ਕਿ ਪੁਲਿਸ ਨਹੀਂ ਗੀ ਉਸ ਦਿੱਲੀ ਸਰਕਾਰ ਦੇ ਥੱਲੇ, ਪੁਲਿਸ ਦਿੱਲੀ ਦੀ ਜੀ। ਇਹਨਾਂ ਨੂੰ ਇਹ ਨਹੀਂ ਪਤਾ ਵੀ ਉੱਥੇ ਦਾ ਜੋ ਵੀ ਹਿਸਾਬ ਕਿਤਾਬ ਆ ਸਾਰਾ ਦਿੱਲੀ ਦਾ, ਉਹ ਅੱਧੇ ਹੋ ਜ਼ਿਆਦਾ ਸੈਂਟਰ ਦੇ ਥੱਲੇ ਆ, ਉਹਦੇ ਵਿੱਚ ਆਮ ਦਾ ਕੋਈ ਰੌਲਾ ਨਹੀਂ ਜੀ। ਆਮ ਨੂੰ ਵੀ ਪੰਜਾਬ ਦੇ ਬੈਰੀ ਦੱਸਦੇ ਨੇ, ਕਾਂਗਰਸ ਨੂੰ ਵੀ ਪੰਜਾਬ ਦੇ ਬੈਰੀ ਦੱਸਦੇ ਨੇ, ਆਪੇ ਹਮਦਰਦੀ ਨੇ। ਇਹਨਾਂ ਨੇ ਆਪ ਕਹਿੰਦੇ ਨੇ ਅਸੀਂ ਪੰਥਕ ਸਰਕਾਰ ਹਾਂ, ਅਸੀਂ ਅਕਾਲ ਤਖ਼ਤ ਦਾ ਹੁਕਮ ਮੰਨਦੇ ਹਾਂ, ਸਾਡੇ ਥਾਪੇ ਹੋਏ ਜਥੇਦਾਰ ਨੇ, ਸਾਡੀ ਬਣਾਈ ਹੋਈ ਸ਼੍ਰੋਮਣੀ ਕਮੇਟੀ ਆ। ਇਹਨਾਂ ਨੇ ਕੋਈ ਕੀਤਾ ਸਾਡੇ ਗੁਰੂਆਂ ਦੀ ਫਿਲਾਸਫੀ ਵਾਲਾ ਕੰਮ? ਪਿੱਛੇ ਵੀ ਜਦੋਂ ਉਦੋਂ ਕਾਨਫਰੰਸਾਂ ਮੁਕਤਸਰ ਦੇ ਵਿੱਚ ਹੋਈਆਂ ਸੀ ਉਦੋਂ ਇਹਨਾਂ ਨੇ ਕੀਤਾ ਸੀ ਜੀ, ਹੁਣ ਇਹਨਾਂ ਨੇ ਕੀਤਾ? ਜੇ ਤਾਂ ਇਹ ਕਰਦੇ ਹੋਣ ਤੇ ਅਸੀਂ ਇਹਨਾਂ ਨੂੰ ਪੰਥਕ ਸਰਕਾਰ ਮੰਨੀਏ, ਵੀ ਪੰਜਾਬ ਦੇ ਹਮਾਇਤੀ ਨੇ, ਆਪ ਹੀ ਤਾਂ ਮੁੱਦੇ ਉਠਾ ਲੈਂਦੇ ਨੇ ਤੇ ਆਪ ਹੀ ਮੁੜ ਕੇ ਉਹਨਾਂ ਦੇ ਉੱਤੇ ਤੇਲ ਪਾ ਕੇ ਅੱਗ ਲਾ ਦਿੰਦੇ ਨੇ। ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਜੀ, ਇਸ ਕਰਕੇ ਇਹਨਾਂ ਨੂੰ ਅਕਾਲੀ ਕਹਿਣਾ ਬੰਦ ਕਰ ਦਿਓ ਜੀ। ਸਾਰੇ ਮੀਡੀਆ ਵਾਲਿਆਂ ਨੂੰ, ਸਾਰੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਹੈ, ਇਹ ਅਕਾਲੀ ਨੇ ਜੀ। ਮਿਹਰਬਾਨੀ 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 ਗੁਰਮੇਲ ਜੀ, ਤੁਹਾਡੇ ਵਿਚਾਰ ਬੜੇ ਬੜੇ ਕਲੀਅਰ ਆ। ਗੁਰਮੇਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਪਰ, ਉਹਨਾਂ ਦੇ ਨਾਂ ਉੱਪਰ, ਉਹਨਾਂ ਦੇ ਕਿਰਦਾਰ ਉੱਪਰ ਸਵਾਲੀਆ ਨਿਸ਼ਾਨ ਉਹਨਾਂ ਚੁੱਕੇ ਆ। ਉਹਨਾਂ ਕਿਹਾ ਕਿ ਇਹੋ ਜਿਹੇ ਮੌਕੇ 'ਤੇ ਪੰਥਕ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਾਉਂਦੀ ਆ ਉਹਨੂੰ ਗੁਰੂ ਸਾਹਿਬ ਦੀ ਔਰ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਸੀ। ਇੱਥੇ ਮੈਨੂੰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਬਾਕੀ ਲੀਡਰਾਂ ਨੇ ਤਾਂ ਨਹੀਂ ਕੀਤਾ, ਲੇਕਿਨ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਸਪੀਚ ਸੀਗੀ ਉਹ ਸਿਆਸਤ ਤੋਂ ਹਟ ਕੇ ਸੀ, ਇਹ ਮੰਨਣਾ ਪਊਗਾ। ਪਰ ਬਾਕੀ ਲੀਡਰਾਂ ਨੇ ਸਾਰੀਆਂ ਸਟੇਜਾਂ ਤੋਂ ਬੇਸਿਕਲੀ ਸਭ ਕੁਝ ਉੱਥੇ ਪੋਲੀਟੀਕਲ ਹੀ ਕੀਤਾ ਔਰ ਕਿਹਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਸਿੰਘ ਢੀਂਡਸਾ ਬੋਲਦਾ ਜੀ, ਟੋਰਾਂਟੋ ਤੋਂ। ਹਾਂਜੀ ਹਾਂਜੀ ਢੀਂਡਸਾ ਸਾਹਿਬ, ਕੀ ਹਾਲ ਚਾਲ ਨੇ ਜੀ? ਮਿਹਰਬਾਨੀ ਮਿਹਰਬਾਨੀ। ਅੱਛਾ ਮੈਂ ਬਾਈ ਜੀ ਇਹਦੇ ਤੇ ਕਹਿਣਾ ਚਾਹੁੰਦਾ, ਵੈਸੇ ਤਾਂ ਇਹ ਅਨਫੋਰਚੂਨੇਟ ਹੈ ਕਿ ਵੀ ਇਹ ਸਾਰੀਆਂ ਜਿਹੜੀਆਂ ਕਾਨਫਰੰਸਾਂ ਨੇ ਸਿਰਫ ਪੋਲੀਟੀਕਲ ਬਣ ਕੇ ਰਹਿ ਜਾਂਦੀਆਂ ਨੇ ਜੀ। ਵੈਸੇ ਇਹ ਧਾਰਮਿਕ ਸਿਆਸੀ ਕਾਨਫਰੰਸਾਂ ਹੋਣੀਆਂ ਚਾਹੀਦੀਆਂ, SGPC ਵਰਗੀ ਸੰਸਥਾ ਤੋਂ ਹੋਣੀਆਂ ਚਾਹੀਦੀਆਂ, ਕਿਉਂਕਿ ਧਾਰਮਿਕ ਇਕੱਠ ਨੇ ਉੱਥੇ, ਲੋਕ ਸੁਣਨ ਆਉਂਦੇ ਆ ਜੀ, ਤੇ ਉਹਨਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਜੋ ਆਪਣੇ ਗੁਰੂਆਂ ਨੇ ਦਿੱਤਾ, ਕਿਉਂਕਿ ਪੰਜਾਬ ਸਿੱਖਾਂ ਦੇ ਨਾਲ ਨਾਲ ਹੋਰ ਵੀ ਕਈ ਭਾਈਚਾਰਿਆਂ ਦਾ, ਤੇ ਉਹਨਾਂ ਨੂੰ ਉਸ ਸਟੇਜ ਤੇ ਸਾਰਿਆਂ ਨੂੰ ਇਕੱਠਾ ਲਿਆਉਣਾ ਚਾਹੀਦਾ ਅਲੱਗ ਅਲੱਗ ਧਰਮਾਂ ਨੂੰ ਜੀ। ਪਰ ਜੇਕਰ ਹੁਣ ਸਿਆਸੀ ਕਾਨਫਰੰਸਾਂ ਹੁੰਦੀਆਂ ਤਾਂ ਉਹਦੇ 'ਚ ਜੀ ਇੱਕ ਜੇਕਰ ਕਿਸੇ ਨੂੰ ਫਾਇਦਾ ਹੁੰਦਾ ਤਾਂ ਉਹ ਸਿਰਫ ਇਹ ਹੈ ਕਿ ਉਹ ਗਰੀਬ ਲੋਕਾਂ ਨੂੰ ਹੁੰਦਾ, ਜਿਹੜੇ ਲੋਕ ਸਫ਼ਰ ਨਹੀਂ ਕਰ ਸਕਦੇ ਫ੍ਰੀ 'ਚ ਬੱਸਾਂ ਚੜ੍ਹ ਕੇ ਚਲੋ ਗੁਰਦੁਆਰੇ ਦੇ ਦਰਸ਼ਨ ਕਰੇ ਆਉਂਦੇ ਨੇ ਜੀ, ਜਾਂ ਦੂਜੇ ਜਿਹੜੇ ਜਿਨ੍ਹਾਂ ਨੂੰ $250 ਰੁਪਏ ਦਿਹਾੜੀ ਮਿਲ ਜਾਂਦੀ ਹੈ ਜੀ, ਕਿ ਚਲੋ ਕਾਨਫਰੰਸ ਅਟੈਂਡ ਕਰ ਲਾਂਗੇ, ਬੇਰੁਜ਼ਗਾਰ ਹੁੰਦੇ ਨੇ, ਚਲੋ ਕਿਸੇ ਪਾਸਿਓਂ ਪੈਸਾ ਮਿਲ ਜਾਂਦਾ। ਤੇ ਜੇ ਹੁਣ ਇਹ ਕਾਨਫਰੰਸਾਂ ਹੁੰਦੀਆਂ ਹੀ ਹਨ ਜੀ,
ਲੀਡਰਾਂ ਨੂੰ ਇਹ ਚਾਹੀਦਾ ਕਿ ਰਟੇ ਰਟਾਏ ਭਾਸ਼ਣ ਦੀ ਜਗ੍ਹਾ, ਕਿਉਂਕਿ ਲੀਡਰਾਂ ਨੂੰ ਅਸੀਂ ਸਾਰਾ ਦਿਨ ਸੁਣ ਸਕਦੇ ਹਾਂ ਪਰ ਆਮ ਲੋਕ ਨੂੰ, ਆਮ ਬੰਦੇ ਨੂੰ ਕੋਈ ਨਹੀਂ ਸੁਣ ਸਕਦਾ। ਇਸ ਕਾਨਫਰੰਸਾਂ 'ਚ ਆਮ ਜਨਤਾ ਨੂੰ ਚਾਂਸ ਦੇਣਾ ਚਾਹੀਦਾ ਉਹਨਾਂ ਦੀਆਂ ਸਮੱਸਿਆ ਦੱਸਣੇ ਨੂੰ, ਬੋਲਣੇ ਨੂੰ, ਕਿ ਜਿਹੜੀਆਂ ਇੱਕ ਨੈਸ਼ਨਲ ਪਲੈਟਫਾਰਮ 'ਤੇ ਆ ਸਕਣ। ਸਹੀ ਗੱਲ। ਤੇ ਬਾਕੀ ਆਏ ਆ ਜੀ ਕਿ ਵੀ ਇਹਨਾਂ ਨਾਲ ਨਿਕਲਣੇ, ਇਹਨਾਂ ਨਾਲ ਇਹ ਅੰਦਾਜ਼ਾ ਲਾਉਣਾ ਤਾਂ ਵਾਕਈ ਔਖਾ ਕਿ ਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਕੀ ਹੋਊਗਾ। ਬਟ ਮੋਰਲ ਆਫ ਦੀ ਸਟੋਰੀ ਇਹੀ ਹੈ ਜੀ ਕਿ ਵੀ ਅਸੀਂ ਲੋਕ ਬੜੇ ਐਕਸਾਈਟਡ ਆ, ਸਾਨੂੰ ਤਾਂ ਐਂ ਲੱਗਦਾ ਸੀ ਰਾਤ ਨੂੰ ਸੋਈਏ ਤੇ ਸਵੇਰੇ ਉੱਠੀਏ ਤੇ 2017 ਆਈ ਹੋਵੇ ਤੇ ਕੱਟਾ ਕੱਟੀ ਇੱਕ ਪਾਸੇ ਹੋਇਆ ਹੋਵੇ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਲੋਕਾਂ ਦਾ ਹੁਣ ਜਿਹੜਾ ਇੰਤਜ਼ਾਰ ਕਰਨਾ ਮੁਸ਼ਕਲ ਹੋਇਆ ਵਾ। ਸਹੀ ਕਿਹਾ ਟਿੰਡਰ ਸਾਹਿਬ ਨੇ ਕਿ ਚਾਹੀਦਾ ਤਾਂ ਇਹ ਵਾ ਕਿ SGPC ਇੱਕ ਸਟੇਜ ਲਾਵੇ ਔਰ ਉਸ ਸਟੇਜ ਦੇ ਉੱਤੇ ਵੱਖਰੇ ਵੱਖਰੇ ਜਿਹੜੇ ਵਿਦਵਾਨ ਆ ਜਾਂ ਧਾਰਮਿਕ ਲੀਡਰ ਆ ਜਾਂ ਸਿਆਸੀ ਲੀਡਰ ਆ, ਸਾਰੀਆਂ ਹੀ ਪਾਰਟੀਆਂ ਦੇ ਸਿਆਸੀ ਲੀਡਰਾਂ ਨੂੰ ਬੁਲਾਇਆ ਜਾਵੇ ਉੱਥੇ ਔਰ ਉਹ ਉੱਥੇ ਆਪਣੀ ਗੱਲ ਕਹਿ ਸਕਣ। ਲੇਕਿਨ ਹੁਣ ਇਸ ਵੇਲੇ ਪਾੜਾ ਹੀ ਇੰਨਾ ਪੈ ਗਿਆ ਵਾ ਆਪਣੀ ਸਿਆਸਤ ਦੇ ਵਿੱਚ ਕਿ ਇਹਨਾਂ ਸਿਆਸੀ ਲੀਡਰਾਂ ਦਾ ਇੱਕੋ ਹੀ ਸਟੇਜ 'ਤੇ ਆਉਣਾ ਕਾਫੀ ਮੁਸ਼ਕਿਲ ਆ ਔਰ ਇਸੇ ਕਰਕੇ ਵੱਖਰੀਆਂ ਵੱਖਰੀਆਂ ਸਟੇਜਿਸ ਲਾਉਂਦੇ ਆ। ਬਹੁਤ ਚੰਗੇ ਵਿਚਾਰ ਆ ਰਹੇ ਆ। ਅਸੀਂ ਤਲਵੰਡੀ ਸਾਹਿਬ ਵਿੱਚ ਹੋਈਆਂ ਵਿਸਾਖੀ 'ਤੇ ਸਿਆਸੀ ਕਾਨਫਰੰਸ ਦੀ ਗੱਲ ਕਰ ਰਹੇ ਹਾਂ। ਇਨਫੈਕਟ ਬਹੁਤ ਚੰਗੇ ਸੁਜੈਸ਼ਨਸ ਵੀ ਆਏ ਆ ਔਰ ਸਾਡਾ ਇਸ ਪ੍ਰੋਗਰਾਮ ਦਾ ਐਕਚੁਲੀ ਮਕਸਦ ਵੀ ਇਹੋ ਹੀ ਆ ਵੀ ਆਪਾਂ ਇੱਕ ਫਰੀ ਵਿਚਾਰ ਵਟਾਂਦਰਾ ਇਹੋ ਜਿਹੇ ਮਸਲਿਆਂ 'ਤੇ, ਸਿਆਸੀ ਔਰ ਧਾਰਮਿਕ ਔਰ ਸਮਾਜਿਕ ਮਸਲਿਆਂ 'ਤੇ ਆਪਾਂ ਵਿਚਾਰ ਵਟਾਂਦਰਾ ਕਰ ਸਕੀਏ। ਦੇਖਦੇ ਹਾਂ ਜਿਹੜੇ ਹੋਰ ਸੱਜਣ ਸਾਡੇ ਨਾਲ ਇਸ ਵੇਲੇ ਜੁੜੇ ਆ ਉਹ ਇਸ ਮਸਲੇ 'ਤੇ ਪੋਲੀਟੀਕਲ ਕਾਨਫਰੰਸਿਸ 'ਤੇ ਕੀ ਦ੍ਰਿਸ਼ਟੀਕੋਣ, ਕੀ ਨਜ਼ਰੀਆ ਰੱਖਦੇ ਆ। ਹੈਲੋ। ਹੈਲੋ। ਹਾਂਜੀ ਭਾਈ ਸਾਹਿਬ। ਹਾਂਜੀ, ਮੈਂ ਹਕੂਮਤ ਸਾਹਿਬ ਬੋਲ ਰਿਹਾ ਜੀ, ਕਮਰਾਏ। ਹਾਂਜੀ ਹਾਂਜੀ, ਦੱਸੋ ਕੀ ਵਿਚਾਰ ਨੇ ਜੀ ਤੁਹਾਡੇ। ਵਿਚਾਰ ਸਾਹਿਬ ਜਿਹੜੀ ਇਹ ਕਾਨਫਰੰਸਾਂ ਕਰ ਰਹੇ ਨੇ, ਗੁਰੂ ਗੋਬਿੰਦ ਸਿੰਘ ਨੇ ਉਸ ਟਾਈਮ ਖਾਲਸਾ ਪੰਥ ਸਾਜਿਆ ਸੀ ਲੋਕਾਂ ਦੇ ਭਲੇ ਖਾਤਰ ਜੀ। ਉਹਨਾਂ ਦੇ ਇਹਨਾਂ ਵਿਚਾਰ ਚ ਦੱਸਿਆ ਨੀ ਗੁਰੂ ਗੋਬਿੰਦ ਸਿੰਘ ਨੇ ਕਿ ਸਿੱਖਾਂ ਨੂੰ ਕਿਉਂ ਖਾਲਸਾ ਪੰਥ ਸਾਜਿਆ ਸੀ। ਬਿਲਕੁਲ ਠੀਕ ਹੈ। ਨਾ ਟੀਵੀ ਤੇ ਤੁਸੀਂ ਨਾ ਦੇਖੋ ਭਾਈ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂਜੀ, ਤੁਸੀਂ ਟੀਵੀ ਵੱਲ ਨਾ ਵੇਖੋ, ਆਪਣੀ ਗੱਲ ਪੂਰੀ ਕਰੋ। ਅੱਜ ਦੀ ਜਿਹੜੀ ਆਪਣੀ ਜਨਤਾ ਜਿਹੜੀ ਨਾ, ਅੱਜ ਦੇ ਕੰਮ ਦੇ ਕਹਿੰਦੇ ਕਰਿਆ ਕਿਰਤ, ਗੁਰੂ ਨਾਨਕ ਨੇ ਉਦੋਂ ਉਪਦੇਸ਼ ਦਿਆ ਕਰਿਆ ਕਿਰਤ ਮੈਂ ਧਰਮ ਦੀ ਕਾਰ ਵਾਲੀ, ਤੇ ਘਰ ਸੁੱਖਾਂ ਦਾ ਸਭ ਸਮਾਨ ਹੋਵੇ, ਖਾਵਾਂ ਵੰਡ ਕੇ ਕਰਾਂ ਪਕਾਰ ਖੁੱਲਾ, ਤੇ ਦੁਖੀ ਮੇਰੇ ਤੋਂ ਕੋਈ ਨਾ ਇਨਸਾਨ ਹੋਵੇ। ਭਾਈ ਸਾਹਿਬ ਤੁਸੀਂ ਟੀਵੀ ਆਪਣੀ ਆਵਾਜ਼ ਟੀਵੀ 'ਤੇ ਸੁਣ ਕੇ ਫਿਰ ਟੀਵੀ ਨੂੰ ਨਾ ਦੇਖੋ ਪਲੀਜ਼, ਕਾਈਂਡਲੀ ਉਹਨੂੰ ਵੋਲਿਊਮ ਹੌਲੀ ਕਰਕੇ ਆਪਣੀ ਪੂਰੀ ਗੱਲ ਕਰੋ। ਸਭ ਸਮਾਨ ਹੋਵੇ ਅਤੇ ਮੈਂ ਜਨਤਾ ਭਾਵੇਂ ਮਰੇ ਭੁੱਖੀ ਅਤੇ ਮੇਰੀ ਵਧੀਆ ਕੋਠੀ ਦੇ ਹਾਲੀ ਸ਼ਾਨਕਾਰ ਹੋਵੇ। ਹਾਂਜੀ, ਅਤੇ ਇਸ ਕਰਕੇ ਇਹ ਅੱਜ ਦੇ ਨੇਤਾ ਜਿਹੜੇ ਨੇ ਇਹਨਾਂ ਨੇ ਕੋਈ ਇਹ ਕੀਤਾ ਅੱਜ ਤੱਕ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਖਾਲਸਾ ਪੰਥ ਸਾਜਿਆ ਜੀ, ਕਿਉਂ ਲੋੜ ਪਈ ਸਾਜਣ ਦੀ? ਇਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਉਸ ਟਾਈਮ ਉਹਨਾਂ ਨੇ ਇਸ ਕਰਕੇ ਸਾਜਿਆ ਜੀ ਕਿ ਜਨਤਾ ਦੇ ਭਾਰ ਬਣੇ ਤੇ ਵੱਖਰੇ ਕਿਸੇ ਖੜੇ ਖਾਲਸਾ ਦਿਖਾਈ ਦੇਣ। ਪਰ ਇਹ ਅੱਜ ਦੀ ਸਾਡੀ ਜਿਹੜੀ ਸਿਆਸਤ ਇਹ ਤੇ ਬਸ ਘੁੰਮੀ ਜਾਂਦੇ ਆਪਣੇ ਵੋਟਾਂ ਦੇ, ਆਪਣੇ ਘਰ ਖਾਤਰ ਹੀ ਆਪਣੇ ਵੱਲ ਨੂੰ ਖਿੱਚੀ ਜਾਂਦੇ ਨੇ। ਮਿਹਰਬਾਨੀ ਕਰਕੇ ਪਹਿਲੀ ਗੱਲ ਤੇ ਸਿਆਸਤ ਹੋਣੀ ਨਹੀਂ ਚਾਹੀਦੀ ਧਰਮ ਸਥਾਨ ਦੇ ਉੱਤੇ। ਇੱਕ ਦੇ ਟਿਕਟ ਸਕੀ ਜਾਣਾ, ਦੂਜੇ ਟਿਕਟ ਸਕੀ ਜਾਣਾ, ਤੀਜੇ ਟਿਕਟ ਸਕੀ ਜਾਣਾ। ਪਹਿਲਾਂ ਤੇ ਅਕਾਲੀ ਦਲ ਨੇ ਕੀਤਾ ਕੀ ਅੱਜ ਤੱਕ? ਅਕਾਲੀ ਕਹਿੰਦੇ ਕਿ ਨਹੀਂ, ਅਕਾਲੀ ਅਕਾਲੀ ਕਰੀ ਜਾਂਦੇ ਨੇ। ਜਿਸ ਟਾਈਮ ਅਕਾਲੀ ਸਰਕਾਰ ਹੋਵੇ ਤੇ ਉਹ ਕਹਿੰਦੀ ਏ ਸਾਨੂੰ ਕੁਝ ਨਹੀਂ ਚਾਹੀਦਾ, ਜਿਸ ਟਾਈਮ ਅਕਾਲੀ ਸਰਕਾਰ ਚਲੀ ਜਾਵੇ ਸਾਨੂੰ ਚੰਡੀਗੜ੍ਹ ਚਾਹੀਦਾ, ਸਾਨੂੰ ਪੰਜਾਬੀ ਦਾ ਪਾਣੀ ਚਾਹੀਦਾ, ਉਹਨੇ ਨਾਲ ਕੁਝ ਵੀ ਨਹੀਂ ਚਾਹੀਦਾ। ਜਦੋਂ ਬਾਦਲ ਚਲਾ ਗਿਆ ਉਹਨੂੰ ਸਭ ਕੁਝ ਚਾਹੀਦਾ। ਇਸ ਕਰਕੇ ਇਹਨਾਂ ਨੂੰ ਸੰਧੂ ਸਾਹਿਬ ਇਹਨਾਂ ਨੂੰ ਦੱਸੋ ਕਿ ਤੁਸੀਂ ਮਿਹਰਬਾਨੀ ਕਰਕੇ ਪੰਜਾਬ ਨੂੰ ਬਚਾ ਲਓ, ਜੇ ਆਮ ਪਾਰਟੀ ਅੱਗੇ ਆ ਗਈ ਤਾਂ ਪੰਜਾਬ ਬਚ ਜਾਏਗਾ, ਜੇ ਮੁੜ ਕੇ ਦੁਬਾਰਾ ਆ ਗਏ ਸਾਨੂੰ ਘਰ ਵੜਨ ਦੇ ਤੌਰ ਟੈਸਟ ਲੱਗ ਜਾਣੇ ਨੇ। ਪਹਿਲਾਂ ਤੁਸੀਂ ਵੇਖ ਲਿਆ ਕੀ ਕਰ ਰਹੇ ਸਾਡੇ ਨਾਲ। ਮਿਹਰਬਾਨੀ ਮਿਹਰਬਾਨੀ ਭਾਈ ਸਾਹਿਬ, ਬੜਾ ਤੁਸੀਂ ਸਪਸ਼ਟ ਤੁਹਾਡੀ ਗੱਲ ਹੋ ਗਈ ਆ, ਬਿਲਕੁਲ ਕਲੀਅਰ। ਤੁਸੀਂ ਇਨਫੈਕਟ ਕਿਹਾ ਵਾ ਵੀ ਧਰਮ ਸਥਾਨਾਂ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਔਰ ਇੱਕ ਬਦਲਾਵ ਦੀ ਲੋੜ ਆ।
जे बदलाव ना आया तो बहुत वड्डी दिक्कत हो जानी है। ये भाई साहब ने कहा, देखते हैं साढ़े अगले कॉलर की विचार रखना चाहते। अगली कॉल लैन तो पहले मैं एक दोबारा कहना चाहना भी जो एक कॉल जुड़ जाती है तो टीवी पर वेख के तुसीं गल ना करो क्योंकि वो एक गैप पैंदा वा कुछ सैकेंड्स का, वो फिर प्रॉपर गल नहीं हो सकती। एक बार जो कॉल मिल जाती है तो अपनी पूरी गल प्लीज़ करो। देखते हैं अगले कॉलर की कहना चाहते। हैलो, हैलो, हाँ जी भाई साहब। हाँ जी, सत श्री अकाल, मैं गुरविंदर सिंह बोलदा मेलबर्न विक्टोरिया तो। हाँ जी गुरविंदर सिंह जी, ऑस्ट्रेलिया तो बोल रहे? हाँ जी हाँ जी, मैं मेलबर्न तो बोलदा जी। हाँ जी हाँ जी, मेहरबानी जी। इनफैक्ट तुसीं इहदा मतलब इंटरनेट ते वेख रहे जे शो? हाँ जी हाँ जी सर, पिछे जे वैबसाइट बंद रही उदो तक बड़ी प्रॉब्लम आउंदी सी मैनूं। राइट राइट। हाँ जी गुरविंदर जी, की गल करनी चाहुंदे जे? हाँ सर, मैं यही गल करनी है। चलो कुछ लोग कहते कांग्रेस का कट ज्यादा, पर मैं जितों तक मैं तो सवेर तो ट्रक च बह जाना रेडियो से यही कुछ ही देखता रहना ना। मैं काफी रेडियो सुने, उन्होंने हिसाब ना कि आम आदमी पार्टी का कट ज्यादा सी बाकी। चलो आप कह दें भी उत्थे सियासी कॉन्फ्रेंस नहीं होनी चाहिए, पर यह तो शुरू तो कम चलिया होंगे ना, एक तो चीज चेंज नहीं हो जानी ना जी। जी चीज हम जे आम आदमी पार्टी नहीं करती उसे कांग्रेस, फिर अकाली कांग्रेस जी कहना उन्हें मैदान छद के भज गए जानते जान के पासे ना। बिल्कुल ठीक है। कैप्टन अमरिंदर सिंह ने चलो कह तो दिता पर किसानों के इदा नहीं, पर उस चीज ने कहना सौखा पर उन्हें इंप्लीमेंट भी तो करना होंगे ना। मेन चीज तो इंप्लीमेंट करने उसने जो कैप्टन कैप्टन साहब को टाइम नहीं होंगे लोगों को मिलने का, तो जे बादल की सरकार आई है दोबारा वह एक रीजन भी यही थी कैप्टन साहब को टाइम नहीं जी लोगों को मिलने वास्ते। जो कैप्टन साहब की सरकार थी उदो भी 365 दिन पूरे लोगों के उपर डांगा चलिया, उदो भी कैप्टन साहब सब कुछ कर सकते, उदो फिर जे नहीं किया दोबारा किदा कर लेंगे। मेहरबानी मेहरबानी भाई साहब का ख्याल है कि सब तो ज़्यादा इकट्ठ जिहड़ा सी आम आदमी पार्टी का सी। कुछ होर लोगों का भी ख्याल है, मैं कल कुछ ट्रिब्यून के रिपोर्टर्स नाल गल कर रहा सी, उन्हां दा भी ख्याल सी भी कांग्रेस और आम आदमी पार्टी का इकट्ठ जिहड़ा वा वह काफ़ी चंगा सी। सब तो ज़्यादा उन्होंने ख्याल नाल एक इनफैक्ट ट्रिब्यून के कुछ रिपोर्टर्स का ख्याल से जिहड़े बठिंडे तो रिपोर्ट कर रहे सन, सब तो ज़्यादा आम आदमी पार्टी सी, फिर कांग्रेस सी, तो उस तो बाद अकाली दल का कट सी। लेकिन ये बारे डिफरेंट डिफरेंट विचार आ रहे हैं। इस तो पहले एक सज्जन ने कहा कि कांग्रेस का कट जा रहा सी, सो इस मसले च नहीं मैं पैना चाहता, पर यह जरूर मैं कहूँगा इतने कि आम आदमी पार्टी जी है वो फिर भी कोशिश करती है कि जिमें बाकी पार्टियां जिहड़ियां वा किराए ते लैण दे बंदे ढो लेंदे आ वो इस चीज़ दे विच बिलीव नहीं करते। सब तो ज़्यादा जो गुरविंदर ने कही गल वो बहुत इंपोर्टेंट आ कि इंपोर्टेंट यह होगा कि जिहड़ी सरकार आउंदी आ वह वाकई कुछ कर दिखाउंदी कि नहीं कर दिखाउंदी। वादे करने प्रोमिसिस करने बहुत सौखे आ, और हुण तक दा अंदाज़ा यह गया कि अकाली दल या कांग्रेस जो आउंदी आ तो उन्हां दी फंक्शनिंग दे विच कोई बहुता फर्क नहीं हुंदा। ये ठीक है कि कैप्टन अमरिंदर सिंह डिसाइसिव ने, यह ठीक है कि उन्होंने कुछ चंगे फैसले लए अपने वेले, पर उदों भी लोगों के जोड़े मुजहरे करते उन्होंने उस तरह ही डांगा वरिया, जिमें कल आप लाइनसमैन से देखा वा तलवंडी साबो की अकाली कॉन्फ्रेंस के बाहर उन्होंने काफ़ी बुरी हालत की गया, देख लो तुम आ फोटो फोटोग्राफ्स बहुत ज्यादती मेरे ख्याल मेरे हिसाब के नाल एक यहोजे धार्मिक फंक्शन के उत्ते जे कोई अपनी गल कहनी चाहता तो उन्होंने स्टेज पर बुला के उस तो गल कुहा लो रादर दैन उन्होंने इस तरह दस्तार लाइया जाए और उन्होंने डंडे मारे जाए। मैं ये इस चीज़ के बहुत सख्त खिलाफ हाँ। देखते हैं साढ़े अगले कॉलर की कहना चाहते, एक अद्धी कॉल लैके फिर सू प्रोग्राम की समाप्ति करनी पू। हैलो हैलो हैलो, हाँ जी हाँ जी भाई साहब। हाँ जी सत श्री अकाल अंकल जी, हरप्रीत सिंह बोल रहे हैं जी। हाँ जी हाँ जी हाँ जी हरप्रीत, थोड़ा ब्रीफ रहो प्लीज़। हाँ जी हाँ जी हाँ जी हाँ जी, जिहड़ी पोलिटिकल स्ट्रैटजी आ रैलीज की, मेरे ख्याल तो आम आदमी पार्टी की जिहड़ी मेन इमेज हैगी आ सिंपलिसिटी की हैगी आ इमेज जी, ते जिहड़ा मेन फैक्टर रहा सी दिल्ली इलैक्शन दे विच वह रहा सी कि जिहड़ी छोटी आपां मोहल्ला सभा करदे हैगे आ ना, जिस तरह तीन चार मोहल्लिआं दी उत्थे तुसीं रैली ते नहीं उहनूं कह सकदे, ते इहो जी जिहड़ी ग्रुप च बह के अपनी तुसीं गल करदे हो उह मेरे ख्याल तो ज्यादा इफेक्टिव ते उहो ही इमेज हैगी आम आदमी पार्टी दी। ते मेरे ख्याल तो जे रैली ठीक आ कुछ एक दो वार ठीक आ मतलब तुसीं कर ली, पर मेरे ख्याल तो रैली जे आम आदमी पार्टी करूगी दूजी ट्रेडिशनल पार्टियां नाल कंपीट फिर उहो ही उच्च होणा, अच्छा जी उहनां दे 3 लाख आए जी उहनां दे 5 आए आ चार आए, मेरे ख्याल तो वो आम आदमी पार्टी नो अपनी जो स्ट्रैटजी ऑलरेडी वर्क उन्हां दी कीती हैगी है पहले भी वो ही फॉलो करना चाहिए, स्मॉल स्मॉल मीटिंग्स उन्हां नो रखनियां चाहिए वा हर एक सिटी च
बिल्कुल ठीक है, मेरा अपना यह विचार आ, लेकिन प्रॉब्लम यह जो मैं कई बार इन्होंने लीडर गल करता वा तो वो आते जी असं उत्तर कॉन्फ्रेंस ना करिए तो सारे सू सारे आते जी दौड़ गए हैं भज गए हैं ये डरते भज गए इन्हों तो कट नहीं होना क्योंकि ये धार्मिक स्थान पर धार्मिक लोग इन मसलों जुड़े आ पंथिक मसले पंजाब के बहुत इंपोर्टेंट आ जे उत्थे ना असीं कॉन्फ्रेंस करिए तो लोगों को आता भी इन्हों का पंथिक मसलों इन्हों का स्टैंड ही कोई नहीं गा सो इस करके माघी ते विसाखी ते होले महले ते ये कॉन्फ्रेंसा आम आदमी पार्टी वास्ते भी करनियां जिहड़ियां वा वो जरूरी हो गई ये आम आदमी पार्टी के लीडर का कहना वा मेरे ख्याल काफ़ी हद तक जो कह रहे हैं ये सही भी है जे ना कॉन्फ्रेंस करन दिया लगता भी दौड़ गए इतों सो जाहिर है कि तलवंडी साहब दीआं कॉन्फ्रेंसा विच करीब सारिया पार्टियां ने एक गल बड़ी क्लीयर है किसानी मसले नूं बड़ी गंभीरता नाल लिया इस तो आप अंदाज़ा ला सकते हैं कि सारिया ही पार्टियां अपने चोन प्रचार च मेरा ख्याल किसानों लवाने की कोशिश करनगियां इस तों इलावा पानिया का मसला भी चर्चा का विशा जिहड़ा वा वो बनिया रहा यह भी आने वाले दिनों मेरे ख्याल विवादों के घेरे च रहूगा जे आप सियासत तो हट के गल करिए जिवें बहुत सारे साडे कॉलर्स ने कहा तो यह अफसोस ना कहना पैंदा वा कि जिहड़े असूलों वास्ते खालसे की सिरजना हुई सी उन्हां बारे कोई बहुती गल सियासी स्टेजां तो नहीं की गई इंज लगता है कि साडे सियासी लीडर जिहड़े आ वो सत्था नूं पाउण वास्ते जिहड़े अपने प्रिंसीपल्स आ बेसिक प्रिंसीपल्स आ रिलीजन दे प्रिंसीपल्स आ उहनां नूं आपां भुल जांदे आ सो हुण खत्म समा खत्म हो रहा हुण आपां कल मिलांगे ताज़ियां खबरां ते ताज़े विचार लै के कल आपां गल करांगे नवंबर च होण वाले सरबत खालसे की इस बारे ऐलान जिहड़ा वा कल पंथिक तरां ने बुधवार नूं इत्थे तलवंडी साहिब च कीता वा कि पिछले साल होए सरबत खालसा दे मद्देनज़र इस तरह का समागम दोबारा बुलाउणा सही है वह भी 2017 दीआं चोणां तो बिल्कुल 1.5-2 महीने पहलों इस मसले पर आपां कल विचार करांगे सो अज इन्ना ही नमस्कार सत श्री अकाल खुदा हाफिज़।